ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੁਝ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਸੁਖਵਿੰਦਰ ਜੀ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਐਸਵਾਈਐਲ ਦੇ ਮੁੱਦੇ ਤੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਹਰਿਆਣੇ ਦੇ ਵਿੱਚ ਜਾ ਕੇ ਜੋ ਕੁਝ ਕਿਹਾ ਉਦੇ ਤੋਂ ਕਿਤੇ ਨਾ ਕਿਤੇ ਸਿਆਸਤ ਦਾ ਉਹ ਸ਼ੀਸ਼ਾ ਨ ਦਿਖਦਾ ਨਜ਼ਰ ਆਉਂਦਾ ਹੈ ਜਿਹਦੇ ਵਿੱਚ ਕਾਂਗਰਸ ਜਿਹੜੀ ਹੈ ਉਹਨੂੰ ਵੀ ਆਪਾਂ ਮੁਕਤ ਨਹੀਂ ਕਰ ਸਕਦੇ ਭਾਜਪਾ ਨੂੰ ਵੀ ਮੁਕਤ ਨਹੀਂ ਕਰ ਸਕਦੇ ਅਕਾਲੀ ਦਲ ਨੂੰ ਵੀ ਪਿੱਛੇ ਨਹੀਂ ਛੱਡ ਸਕਦੇ ਕਿਉਂਕਿ ਇਹਨਾਂ ਸਾਰਿਆਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਹੋਇਆ ਤੇ ਹੁਣ ਜੇ ਗੱਲ ਆਮ ਆਦਮੀ ਪਾਰਟੀ ਦੀ ਹੁੰਦੀ ਹੈ ਜਿਹੜੀ ਗੱਲ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਜਾਂ ਭਗਵੰਤ ਮਾਨ ਕਹਿੰਦੇ ਨੇ ਉਹ ਕਿਤੇ ਨਾ ਕਿਤੇ ਵਾਜਿਬ ਵੀ ਲੱਗਦੀ ਆ ਕਿ ਇਹਨਾਂ ਨੇ ਮਸਲਾ ਉਲਝਾਇਆ ਜਿਹੜੇ ਕਹਿੰਦੇ ਨੇ ਕਿ ਦਿੱਲੀ ਵਾਲੇ ਅਰਵਿੰਦ ਕੇਜਰੀ ਵਾਲੇ ਨੇ ਤੇ ਹੁਣ ਦੱਸਣ ਤਾਂ ਉਹ ਕਹਿੰਦੇ ਕਿ ਇਹ ਆਪਣੀ ਆਪਣੀ ਹਾਈ ਕਮਾਂਡ ਤੋਂ ਪੁੱਛਣ ਜਾ ਕੇ ਕਿ ਉਹਨਾਂ ਦਾ ਕੀ ਫੈਸਲਾ ਹੈ ਇਸ ਮਸਲੇ ਦੇ ਵਿੱਚ ਦੇਖੋ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਜਾਂਦ ਕਿ ਉਹ ਐਸਟੈਬਲਿਸ਼ਡ ਦੋ ਵੱਡੀਆਂ ਨੈਸ਼ਨਲ ਪਾਰਟੀਆਂ ਇੱਕ ਬੀਜੇਪੀ ਤੇ ਕਾਂਗਰਸ ਉਹ ਦੋਹੇ ਹੀ ਆਪਣੀ ਨੈਸ਼ਨਲ ਪੋਲਿਟਿਕਸ ਕਰਦੀਆਂ ਜਿਹਦਾ ਮਤਲਬ ਇਹ ਹੈ ਕਿ ਕੁਝ ਸੂਬਿਆਂ ਨੂੰ ਕਸਾਰਾ ਲਾਉਂਦੀਆਂ ਤੇ ਕੁਝ ਸੂਬਿਆਂ ਦਾ ਫਾਇਦਾ ਕਰਦੀਆਂ ਇਹ ਕਹਿ ਕੇ ਕਿ ਇਹ ਕੌਮੀ ਹਿੱਤਾਂ ਦੇ ਵਿੱਚ ਜ਼ਰੂਰੀ ਹੈ ਕਰਨਾ ਉਹਨਾਂ ਨੇ ਕਿਉਂਕਿ ਵੱਡੇ ਪੱਧਰ ਤੇ ਸੱਤਾ ਨੂੰ ਹਥਿਆਉਣਾ ਹੁੰਦਾ ਬਿਲਕੁਲ ਉਸੇ ਤਰਜ਼ ਦੇ ਉੱਤੇ ਕੇਜਰੀਵਾੜ ਦੀ ਚੱਲ ਰਹੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਜੋ ਵੀ ਉਹਨਾਂ ਨੇ ਸੁਣਿਆ ਮੈਂ ਉਹਨਾਂ ਦੀਆਂ ਕਲਿੱਪਿੰਗ ਸੁਣੀਆਂ ਜਿੱਥੇ ਭਗਵੰਤ ਮਾਨ ਜੀ ਵੀ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਆ ਏ ਜੀ ਦੂਸਰੀ ਦੋਨੋਂ પાર્ટી ਸਿਆਸਤ ਕਰ ਰਹੀ ਹੈ ਪੰਜਾਬ ਕੀ ਕਾਂਗਰਸ ਕਹਿੰਦੀ ਹੈ ਸਾਡੇ ਕੋਲ ਪਾਣੀ ਨਹੀਂ ਹਰਿਆਣਾ ਕੀ ਕਾਂਗਰਸ ਕਹਿੰਦੀ ਹੈ ਕਿ ਹਮ ਪਾਣੀ ਲੈ ਕੇ ਰਹਿਗੇ ਪੰਜਾਬ ਕੀ बीजेपी कहती है कि पानी कहाँ से ले लोगे? पानी तो दरिया में है ही नहीं, तो नहीं। यहां की बीजेपी हरियाणा की खट्टर कहते हैं कि हम जान लगा देंगे जब तक पानी हमें मिलता नहीं जानी वो ये कह रहे हैं कि ये पार्टियां ड्रामेबाद है ठीक भी है एक हद तक भी एक होनी चाहिए थी। जे पार्टी एक है तो एक ताजा कोई फैसला होना चाहिए एक बार जोगिंदर यादव ने यहोजी कोशिश भी की वो फेल हो गए ਪਰ ਤੁਸੀਂ ਵੀ ਤੇ ਇਸੇ ਤਰ੍ਹਾਂ ਹੀ ਆ ਤੁਸੀਂ ਦੱਸੋ ਕੀ ਕਿਹਾ ਉਹ ਇਹ ਕਹਿੰਦੇ ਆ ਵੀ ਪਾਣੀ ਕਿਤੇ ਉਹ ਲੈਣਾ ਵੀ ਨਹੀਂ ਤੇ ਪਾਣੀ ਦੇਣਾ ਵੀ ਆ ਪਰ ਆ ਗੱਲ ਹੈਗੀ ਆ ਕਿਤੇ ਹੋ ਸਕਦੀ ਆ ਕਿਤੇ ਰੱਬ ਨੂੰ ਉੱਤੇ ਮਘੋਰਾ ਲਾਤਾ ਕੋਈ ਇਹੋ ਜਿਹਾ ਵੱਡਾ ਸਿੱਧਾ ਹੀ ਪਾਣੀ ਹਰਿਆਣੇ ਚ ਜਾ ਵੜਨਾ ਉੱਪਰੋਂ ਕੋਈ ਵੀ ਹਰਿਆਣੇ ਕੋ ਪਾਣੀ ਚਾਹੀਏ ਹਮ ਦੇ ਸਕਤੇ ਹੈ ਲੇਕਿਨ ਪੰਜਾਬ ਕੋ ਵੀ ਪਾਣੀ ਚਾਹੀਏ ਪੰਜਾਬ ਸੇ ਪਾਣੀ ਲੈਣਾ ਨਹੀਂ ਪਾਣੀ ਕਿੱਥੋਂ ਆਉਣਾ ਮੈਨੂੰ ਕੋਈ ਕੋਈ ਨਵੀਂ ਨਹਿਰ ਕੱਢ ਦਿੱਤੀ ਆ ਕੇਜਰੀਵਾਲ ਨੇ हम बताएंगे या तो केंद्र सरकार बताए नहीं तो हम बताएंगे प्रधानमंत्री जी मुझे पूछे मेरे पास मंत्र है ये अपनी पुठियां सिद्धियां गल्ला करना साफ-साफ दसो तूसी प्रधानमंत्री जी को दसो के पब्लिक नु दसो सानू दसो जिथों जिथों पानी मंगया जा रिया उन सबे नु दसो ताडे भगवंत मान नाल बैठा कोई नहीं पूछदा के मिनु जाके पंजाब दे विच लोकां ने पूछनागे तू नाल बैठा सिगा अपनी ਉੱਥੇ ਨਾਲ ਮੋਢੇ ਨਾਲ ਮੋਢਾ ਝਾੜ ਕੇ ਪੀਸੀ ਦੇ ਵਿੱਚ ਕਿ ਤੂੰ ਕਿਉਂ ਨਹੀਂ ਪੁੱਛ ਕੇ ਆਇਆ ਕਿ ਪਾਣੀ ਲੈਣਾ ਕਿੱਥੋਂ ਮੈਂ ਜਦੋਂ ਹਰਿਆਣੇ ਨੂੰ ਦੇਣਾ ਤੇ ਨਾਲ ਇਹ ਕਿਉਂ ਨਹੀਂ ਕਹਿੰਦਾ ਕੇਜਰੀਵਾਲ ਭਾਈ ਸਾਡਾ ਕਿ ਅਸੀਂ ਵੀ ਪਾਣੀ ਤੁਹਾਡੇ ਤੋਂ ਪੰਜਾਬ ਤੋਂ ਲੈਣੇ ਆਂ ਅਸੀਂ ਪੈਸੇ ਕਦੋਂ ਦੇਣੇ ਸਾਰਾ ਬਕਾਇਆ ਦੇਣ ਕਿਉਂ ਨਹੀਂ ਕਹਿੰਦਾ ਭਗਵਾਨ ਜੀ ਮਾਨ ਭਾਈ ਮੈਂ ਪੰਜਾਬ 'ਚ ਰਹਿਣਾ ਹੱਥ ਜੋੜ ਕੇ ਬੇਨਤੀ ਤੁਸੀਂ ਜਿਹੜਾ ਉੱਥੇ ਦਿੱਲੀ ਪਾਣੀ 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 ਕਰ ਰਹੇ ਆਂ ਉਹ ਪੰਜਾਬ ਦਾ ਪਾਣੀ ਵੀ ਜਾ ਰਿਹਾ ਉਹਦੇ ਪੈਸੇ ਤਾਂ ਦੇ ਦੋ ਹਰਿਆਣੇ ਨੂੰ ਦੇਈ ਜਾਂਦੇ ਸਾਨੂੰ ਦਿੰਦੇ ਨਹੀਂ ਇਹ ਕਿਉਂ ਨਹੀਂ ਭਗਵੰਤ ਮਾਨ ਨੇ ਸਵਾਲ ਕੀਤਾ ਹੂੰ ਇਸ ਲਈ ਸਾਰੇ ਵੱਡੇ ਆਪੋ ਆਪਣੀ ਰਾਜਨੀਤੀ ਕਰ ਰਹੇ ਆ ਹਰਿਆਣੇ ਦੇ ਵਿੱਚ ਕੇਜਰੀਵਾਲ ਆਪਣਾ ਪੈਰ ਜਮਾਉਣ ਲਈ ਕਦੀ ਉਹ ਜਿਹੜੇ ਹੁਣੇ ਹੀ ਮਾਡਲ ਕਹੈ ਲੋ ਜਾਂ ਐਕਟਰਸ ਕਹੈ ਲੋ ਜਿਨ੍ਹਾਂ ਦੀ ਡੈਥ ਹੋਈ ਹੈ ਬੜੀ ਉਹ ਗੋਆ ਦੇ ਵਿੱਚ ਬੜੀ ਜੀ ਉਸ ਲਾਕਤਾਂ ਵਿੱਚ ਹੋਈ ਐ ਹੋਗਾ ਉਹਨਾਂ ਦੇ ਘਰ ਵੀ ਗਏ ਉੱਥੇ ਵੀ ਪੀਸੀ ਜੇ ਉਹ ਸਾਰਾ ਜਾਣਾ ਵੀ ਚਾਹੀਦਾ ਆ ਜੇ ਗੱਲ ਵੀ ਕਰਨੀ ਚਾਹੀਦੀ ਕੋਈ ਕਿਤੇ ਦੁੱਖ ਤਕਲੀਫ ਹੈ ਤੇ ਜਰੂਰ ਜਾ ਕੇ ਸਹਾਨਪੂਤੀ ਜਿਤਾਉਣੀ ਚਾਹੀਦੀ ਪਰ ਇਹਨਾਂ ਨੂੰ ਦੁੱਖ ਇਸ ਕਰਕੇ ਨਹੀਂ ਕਿੰਨੇ ਦਿਨ ਹੋ ਗਏ ਇਸ ਗੱਲ ਹੁਣ ਕਿਉਂਕਿ ਢੇੜਾ ਬਣਿਆ ਹੁਣ ਕਿਉਂਕਿ ਵੋਟਾਂ ਵਾਟਾਂ ਦਾ ਯਾਨੀ ਦੁੱਖ ਬੰਦਿਆਂ ਦਾ ਨਹੀਂ ਸਮਾਜ ਦਾ ਨਹੀਂ ਲੋਕਾਂ ਦਾ ਨਹੀਂ ਲੋਕਾਂ ਦੇ ਦਰਦ ਦਾ ਦਰਦ ਨਹੀਂ ਦਰਦ ਤੇ ਵੋਟਾਂ ਦਾ ਪ੍ਰੋਫੈਸਰ ਹੂੰ ਪ੍ਰੋਫੈਸਰ ਵੀ ਇੱਕ ਹੋਰ ਗੱਲ ਆ ਜਦੋਂ ਆਪਾਂ ਐਸਵਾਈਐਲ ਦੇ ਮਸਲੇ ਤੇ ਮਸਲਾ ਬਹੁਤ ਉਲਝਣਾ ਦੇ ਨਾਲ ਭਰਿਆ ਹੋਇਆ ਪਰ ਜਦੋਂ ਅੱਜ ਕੱਲ ਦੀ ਪੀੜ੍ਹੀ ਦੇ ਨਾਲ ਜੇ ਇਸ ਮਸਲੇ ਤੇ ਸਵਾਲ ਜਵਾਬ ਹੁੰਦੇ ਨੇ ਤਾਂ ਬੜੇ ਬਚਕਾਨੀਆਂ ਜਿਹੀ ਗੱਲਾਂ ਸਾਹਮਣੇ ਆਉਂਦੀਆਂ ਉਹ ਕਹਿ ਦਿੰਦੇ ਨੇ ਕਿ ਐਸਵਾਈਐਲ ਤੁਸੀਂ ਪਾਣੀ ਦੇ ਮਸਲੇ ਤੇ ਰੌਲਾ ਕਿਉਂ ਪਾਣਿਓ ਕੁਦਰਤੀ ਸਰੋਤ ਆ ਪਾਣੀ ਜਿੱਧਰ ਨੂੰ ਵਗਦਾ ਵਗੀ ਜਾਣ ਦਿਓ ਭਾਜਪਾ ਵਾਲਿਆਂ ਨੂੰ ਜੇ ਪੁੱਛ ਲਓ ਉਹ ਵੀ ਕਹਿਣਗੇ ਕਿ ਜੀ ਪਾਣੀ ਦਾ ਮਸਲਾ ਇਹ ਤਾਂ ਹੱਲ ਹੋਣਾ ਚਾਹੀਦਾ ਹਰਿਆਣੇ ਨੂੰ ਮਿਲਣਾ ਚਾਹੀਦਾ ਇਹ ਤਾਂ ਕੁਦਰਤੀ ਸਰੋਤ ਮੈਂ ਸੁਣ ਰਿਹਾ ਸੀ ਹੁਣ ਭਾਜਪਾ ਦੇ ਇੱਕ ਬੁ ਤੇ ਜੇ ਆਮ ਨੌਜਵਾਨਾਂ ਨੂੰ ਵੀ ਪੁੱਛ ਲੋ ਉਹ ਵੀ ਕਿਤੇ ਨਾ ਕਿਤੇ ਜਦੋਂ ਮਤਲਬ ਕਿ ਪੂਰੀ ਜਾਣਕਾਰੀ ਨਾ ਹੋਵੇ ਰੂਪੀਲ ਲਾ ਦੇ ਬਾਰੇ ਜਾਂ ਪਾਣੀਆਂ ਦੇ ਮਸਲੇ ਬਾਰੇ ਫਿਰ ਇਦਾਂ ਕਹਿ ਦਿੱਤਾ ਜਾਂਦਾ ਮੈਂ ਚਾਹੁੰਦਾ ਕਿ ਉਹਨੂੰ ਥੋੜਾ ਜਿਹਾ ਸਪਸ਼ਟ ਤਾਂ ਕਿ ਉਹਨਾਂ ਨੂੰ ਜਵਾਬ ਵੀ ਮਿਲੇ ਉਹਨਾਂ ਨੂੰ ਪਤਾ ਲੱਗੇ ਕਿ ਆਖਰਕਾਰ ਇਹ ਮਸਲਾ ਕੀ ਹੈ ਕਹਿੰਦੀ ਹੈ ਕਿ ਕੋਲਾ ਨਿਕਲਦਾ ਜਿਹੜੇ ਜਿਹੜੇ ਸੂਬਿਆਂ ਦੇ ਵਿੱਚੋਂ ਜਾਂ ਹੋਰ ਧਾਤਾਂ ਨਿਕਲਦੀਆਂ ਉੱਥੋਂ ਵੀ ਤਾਂ ਪੈਸੇ ਦੇ ਕੇ ਸਾਰਾ ਕੁਝ ਲਿਆ ਜਾਂਦਾ ਦੂਜੇ ਸੂਬਿਆਂ ਵੱਲੋਂ ਪੰਜਾਬ ਨੂੰ ਕਿਹੜਾ ਫ੍ਰੀ ਚ ਕੋਲਾ ਮਿਲ ਜਾਂਦਾ ਇਹ ਵੀ ਜਵਾਬ ਹੋਣੇ ਚਾਹੀਦੇ ਫਿਰ ਐ ਜਿਹੜੀ ਇਹ ਕਹਿਣਾ ਕਿ ਪੰਜਾਬ ਦੀ ਕਾਂਗਰਸ ਨੇ ਕੁਝ ਨਹੀਂ ਕੀਤਾ ਜਾਂ ਹੋਰ ਬੀਜੇਪੀ ਤੇ ਚਲੋ ਮੇਨ ਕਦੀ ਪਾਰਟੀ ਰੂਲਿੰਗ ਚਾਹੀ ਨਹੀਂ ਅਕਾਲੀਆਂ ਨੇ ਤੇ ਕੀਤਾ ਅੱਜ ਸੁਖਬੀਰ ਬਾਦਲ ਆਪਣੀ ਪ੍ਰੈਸ ਕਾਨਫਰੰਸ ਕਰਕੇ ਭਾਰੀ ਪੈ ਰਹੇ ਸੀਗੇ ਇਸੇ ਹੀ ਕੇਜਰੀਵਾਲ ਨੂੰ ਵੀ ਕਹਿ ਰਹੇ ਸੀਗੇ ਜੋ ਵੀ ਰਾਜਨੀਤਿਕ ਭਾਸ਼ਾ ਚ ਚੰਗਾ ਮਾੜਾ ਕਹਿਣਾ ਹੁੰਦਾ ਇਸ ਤਰੀਏ ਭਗਵੰਤ ਮਾਨ ਨੂੰ ਕਹਿ ਰਹੇ ਉਹ ਕਹਿ ਗਏ ਸੀ ਵੀ ਸਾਡੀ ਜਦੋਂ ਸਰਕਾਰ ਤੇ ਸੀ ਤੇ 2016 ਚ ਸਾਰਿਆਂ ਨੂੰ ਨਾਲ ਲੈ ਕੇ ਐਸਵਾਈਐਲ ਨੂੰ ਕਈ ਜਗ੍ਹਾ ਤੇ ਪੂਰ ਵੀ ਦਿੱਤਾ ਜ਼ਮੀਨਾਂ ਵਾਪਸ ਕਰ ਦਿੱਤੀਆਂ ਤੇ ਨਾਲ ਉਹਨੂੰ ਪੱਧਰੀ ਕਾੜ ਲਈ ਥੋੜੇ ਬਹੁਤ ਪੈਸੇ ਵੀ ਦਿੱਤੇ। ਭਾਈ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਵੀ ਕਰਨਾ ਕੀ ਹੈਗਾ। ਤੁਸੀਂ ਚੁੱਪ ਕਰਕੇ ਕੇਜਰੀਵਾਲ ਨਾਲ ਹਰਿਆਣੇ 'ਚ ਜਾ ਕੇ ਉੱਧਰ ਜੇ ਮੋਢਾ ਮੋਢੇ ਨਾਲ ਮੋਢਾ ਜੋੜ ਕੇ ਪੀਸੀ ਕਰੋਗੇ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਹਿੱਤਾਂ ਨੂੰ ਤੁਸੀਂ ਹਰਿਆਣੇ ਦੀ ਚੋਣ ਲਈ ਵੋਟਾਂ ਲਈ ਕਿਤੇ ਨਾ ਕਿਤੇ ਤੁਸੀਂ ਉਸ ਪਾਸੇ ਨੂੰ ਵੇਚਣਾ ਚਾਹੁੰਦੇ ਆ ਜਾਂ ਪ੍ਰਭਾਵਿਤ ਕਰਨਾ ਚਾਹੁੰਦੇ ਆ। ਕੰਪਰੋਮਾਈਜ਼ ਕਰਨਾ ਚਾਹੁੰਦੇ ਆ। ਇਹ ਗੱਲ ਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਕਿਉਂਕਿ ਮੈਨੂੰ ਨਹੀਂ ਲੱਗਦਾ ਭਗਵੰਤ ਮਾਨੀ ਨੇ ਦਬੰਗੀ ਦੇ ਨਾਲ ਟਕੜਾ ਹੈਗਾ ਕਿ ਕੇਜਰਵਾਲ ਨੂੰ ਕਹੇ ਖਬਰਦਾਰ ਅਸੀਂ ਸਾਰੀ ਗੱਲ ਤਾਂ ਤੁਹਾਡੇ ਨਾਲ ਆ ਤੁਸੀਂ ਸਾਡੇ ਲੀਡਰ ਆ ਪਰ ਇਹ ਦੇ ਨਾਲੋਂ ਤੇ ਆਪਣਾ ਚੀਫ ਮਿਨਿਸਟਰ ਜਿਹੜੇ ਰਾਜਾ ਸਾਹਿਬ ਸੀ ਮਹਾਰਾਜਾ ਜਿਨ੍ਹਾਂ ਨੂੰ ਕਹਿੰਦੇ ਆ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਅੱਖਾਂ ਦਿਖਾਤੀਆਂ ਬਥੇਰਾ ਉਦੋਂ ਰੌਲਾ ਰੱਪਾ ਪਿਆ ਉਹਨਾਂ ਪਰਵਾਹ ਨਹੀਂ ਕੀਤੀ ਪੰਜਾਬ ਵਿਧਾਨ ਸਭਾ ਚ ਅਨਲਮੈਂਟ ਆਫ ਪਾਸਟ ਵਾਟਰ ਟ੍ਰੀਟিজ ਐਕਟ ਜਿਹੜਾ ਪਾਸ ਕਰਤਾ ਇਸ ਤਰ੍ਹਾਂ ਐਕਟ ਪਾਸ 2016 ਚ ਵੀ ਹੋਇਆ ਤੁਸੀਂ ਲਿਆ ਕੇ ਆਓ ਨਾ ਹੁਣ ਗੱਲ ਖਤਮ ਜੇ ਹਾਈ ਕੋਰਟ ਤੇ ਕੇਂਦਰੀ ਸਰਕਾਰ ਸਾਡੇ ਪੰਜਾਬ ਦੇ ਪਾਣੀਆਂ ਤੇ ਅੱਖ ਰੱਖਦੀ ਹਾਈ ਕੋਰਟ ਨਹੀਂ ਸੌਰੀ ਸੁਪਰੀਮ ਕੋਰਟ ਉਹ बार-बार ਕਹਿ ਰਹੀ ਹੈ ਕਿ ਤੁਸੀਂ ਆਪਸ ਵਿੱਚ ਬੈਠ ਕੇ ਫੈਸਲਾ ਕਰੋ ਫੈਸਲਾ ਬੈਠ ਕੇ ਹੋਣ ਵਾਲਾ ਨਹੀਂ ਕਿਉਂਕਿ ਰਾਜਨੀਤੀ ਕਰਨੀ ਆ ਪਾਣੀ ਕੋਈ ਨਵੇਂ ਤੋਂ ਨਾ ਮਤ ਨਹੀਂ ਹੋ ਰਿਹਾ ਪਾਣੀ ਤਾਂ ਘਟ ਹੀ ਰਿਹਾ ਵਾ ਤੇਰਿਆ ਨਹੀਂ ਕਿ ਕੀ ਗੰਗੇ ਨੇ ਨਾਉਣਾ ਤੇ ਕੀ ਨਿਚੋੜਨਾ ਹੈ ਨਾ ਉਹ ਤੇ ਗੱਲਾਂ ਹੈਗੀਆਂ ਰਾਜਨੀਤੀ ਦੀਆਂ ਰਹੀ ਗੱਲ ਅਸੂਲਨ ਉਹ ਬੜੀ ਸਾਫ਼ ਗੱਲ ਹੈਗੀ ਹੈ ਕਿ ਸਖਵਿੰਦਰ ਇਹ ਦੁਨੀਆਂ ਦੇ ਵਿੱਚ ਮੰਨਿਆ ਪ੍ਰਿੰਸੀਪਲ ਹੈ ਜਿਹਨੂੰ ਰਿਪੀਰੀਅਨ ਲਾ ਨੀ ਪ੍ਰਿੰਸੀਪਲ ਸਿਧਾਂਤ ਕਹਿੰਦੇ ਆ ਉਹ ਕੀ ਸਿਧਾਂਤ ਹੈ ਕਿ ਪਾਣੀ ਕੁਦਰਤੀ ਇੱਕ ਨਿਯਮਤ ਹੈ ਰੱਬ ਦੀ ਦੇਣ ਹੈ ਪਰ ਜੋ ਪਾਕਿਸਤਾਨ ਚ ਹੋਣੇ ਰੱਬ ਦੀ ਦੇਣ ਨੇ ਕੀਤਾ ਹਜ਼ਾਰਾਂ ਮੰਦੇ ਜਿੱਦਾਂ ਜਾਣੀ ਕਹਿਣਾ ਨਹੀਂ ਚਾਹੀਦਾ ਜਦੋਂ ਕਮਾੜ ਚ ਪਾਣੀ ਭਰ ਜਾਂਦਾ ਸੀਗਾ ਚੂਹੇ ਬਾਹਰ ਆਉਂਦੇ ਸੀ ਡੁੱਬ ਜਾਂਦੇ ਸੀ ਬਹੁਤ ਬੁਰਾ ਹਾਲ ਹੁੰਦਾ ਸੀਗਾ ਫਸਲਾਂ ਦਾ ਵੀ ਬੁਰਾ ਹਾਲ ਹੁੰਦਾ ਸੀ ਉੱਥੇ ਬੰਦਿਆਂ ਦਾ ਇੰਨਾ ਬੁਰਾ ਹਾਲ ਤੁਸੀਂ ਦੇਖੀਆਂ ਫੋਟੋਆਂ ਦੇਖੀਆਂ ਸਾਰਾ ਜੋ ਹਾਲ ਹੋਇਆ ਸਾਡੇ ਭਾਰਤ ਨੂੰ ਸਗੋਂ ਉਹਨਾਂ ਨੂੰ ਹਰ ਕਿਸਮ ਦਾ ਅਨਾਜ ਦਾ ਸਬਜ਼ੀਆਂ ਦਾ ਜੋ ਵੀ ਉਹਨਾਂ ਨੂੰ ਤੇਲ ਵਗੈਰਾ ਜਾਂ ਹੋਰ ਰਾਹਤ ਚਾਹੀਦੀ ਆ ਇੱਕਦਮ ਇਸ਼ਾਰਾ ਕਰਨਾ ਚਾਹੀਦਾ ਸਾਡਾ ਗੁਆਡੀ ਦੇਸ਼ ਆ ਪਰ ਇੱਥੇ ਤੇ ਉਹ ਅਰਸ਼ਦੀਪ ਨੂੰ ਵੀ ਲਪੇਟਦਾ ਇੱਕ ਬੋਲਡ ਕੈਚ ਨਹੀਂ ਹੋਇਆ ਕਰਕੇ ਤਾਂ ਇੱਥੇ ਜਦੋਂ ਸਾਡਾ ਇਸ ਤਰੀਕੇ ਦਾ ਰੱਖਾਂਗੇ ਤਾਂ ਅਸੀਂ ਪਾਣੀਆਂ ਦੇ ਮਸਲਿਆਂ ਦੇ ਹੱਲ ਕਿਵੇਂ ਕਰਾਂਗੇ ਕੇਂਦਰੀ ਸਰਕਾਰ ਪਾਣੀਆਂ ਦੇ ਮਸਲਿਆਂ ਦੇ ਉੱਤੇ ਉਹ ਵੀ ਆਪਣੀ ਰਾਜਨੀਤੀ ਕਰ ਰਹੀ ਆ ਕੇਜਰੀਵਾਲ ਜੀ ਆਪਣੀ ਕਰ ਰਿਹਾ ਹੱਲ ਇਹਦਾ ਇੱਕੋ ਹੀ ਹੈ ਜੋ ਦੁਨੀਆਂ ਦੇ ਵਿੱਚ ਪ੍ਰਮਾਣਿਤ ਹੈ ਉਹ ਇਹ ਹੀ ਕਿ ਜਿਸ ਪਾਸੇ ਦੀ ਪਾਣੀ ਲੰਘਦਾ ਉੱਥੇ ਉਹ ਤਬਾਹੀਆਂ ਵੀ ਕਰਦਾ ਤੇ ਫਾਇਦਾ ਵੀ ਕਰਦਾ ਇਸ ਲਈ ਜਿੱਥੇ ਤਬਾਹੀ ਕਰਦਾ ਤੇ ਜਿਹੜੇ ਬੰਦਿਆਂ ਨੂੰ ਉਨਾ ਹੀ ਬੰਦਿਆਂ ਨੂੰ ਜਿੱਥੋਂ ਦੀ ਪਾਣੀ ਲੰਘਦਾ ਫਾਇਦਾ ਹੋਣਾ ਚਾਹੀਦਾ ਜੇ ਪੰਜਾਬ ਚੋਂ ਪਾਣੀ ਲੰਘਦਾ ਪੰਜਾਬ ਚ ਦਰਿਆ ਵਗ ਰਹੇ ਆ ਇਹ ਜਿਹੜਾ ਸਤਲੁਜ ਜੰਮੂ ਤਬੀ ਉਧਰਲੇ ਪਾਸੇੋਂ ਨਿਕਲਦਾ ਅਭਿਆਸ ਮੇਰਾ ਖਿਆਲ ਉਧਰ ਦੀ ਨਿਕਲਦਾ ਇਹ ਗਾਂ ਹਮਾਚਲ ਥਾਣੀ ਥੱਲੇ ਆਉਂਦੇ ਆ ਫਿਰ ਜਾ ਕੇ ਸप्त ਸਿੰਧੂ ਸਿੰਧੂ ਜਿਹੜਾ ਸੰਧੂ ਦਰਿਆ ਸਿੰਧੂ ਦਰਿਆ ਉਧਰ ਵਿੱਚ ਮਿਲ ਜਾਂਦੇ ਜਾ ਕੇ ਅਖੀਰ ਤੇ ਜਾ ਕੇ ਉੱਥੇ ਫਿਰ ਸਮੁੰਦਰ ਚ ਚਲੇ ਕਹਿਣ ਦਾ ਮੇਰਾ ਮਤਲਬ ਤੇ ਇੰਨਾ ਹੀ ਆ ਮੇਰੇ ਵੀਰ ਇਹ ਐ ਜਿਹੜੇ ਢਾਈ ਦਰਿਆ ਅੱਧਾ ਪਛ ਅੱਧਾ ਰਾਵੀ ਬਿਆਸ ਤੇ ਸਤਲੁਜ ਪੂਰਾ ਇਹਦੇ ਪਾਣੀਆਂ ਨੂੰ ਤੇ ਅਸੀਂ ਕਾਫੀ ਹੱਦ ਤੱਕ ਟੇਮ ਕਰ ਲਿਆ ਨਹਿਰਾਂ ਚ ਬਦਲਿਆ ਹੋਰ ਬਹੁਤ ਲੋੜ ਹੈਗੀ ਇੱਕ ਇੱਕ ਬੂੰਦ ਨੂੰ ਸਾਹਮਣੇ ਦੀ ਲੋੜ ਹੈਗੀ ਪਰ ਜਿਹੜਾ ਰਾਵੀ ਦਾ ਪਾਣੀ ਆ ਉਹ ਉਧਰ ਜਾ ਕੇ ਉਹਨੇ ਤਬਾਹੀ ਕੀਤੀ ਉਸ ਪਾਣੀ ਨੂੰ ਪਾਕਿਸਤਾਨ ਨੂੰ ਬਚਾਉਣ ਲਈ ਤੇ ਪੰਜਾਬ ਦੇ ਇੱਧ ਦੀ ਪਿਆਸੀ ਧਰਤੀ ਦੀ ਪਿਆਸ ਨੂੰ ਬੁਝਾਉਣ ਲਈ ਇੱਕ ਜ਼ਰੂਰ ਕੁਛ ਨਾ ਕੁਛ ਕੀਤਾ ਜਾ ਸਕਦਾ ਜੇ ਉਸ ਪਾਣੀ ਨੂੰ ਸਾਂਭਿਆ ਜਾਏ ਜੇ ਕੇਜਰੀਵਾਲ ਦੇ ਮਨ ਵਿੱਚ ਇਹ ਹੈ ਤੇ ਸਾਰਿਆਂ ਦੇ ਮਨ ਵਿੱਚ ਹੈ ਪਹਿਲਾਂ ਵੀ ਅਸੀਂ ਬਥੇਰੀ ਵਾਰੀ ਕਹਿ ਚੁੱਕੇ ਹਾਂ ਕਿ ਇਸ ਪਾਣੀ ਦੀ ਵਧੀਆ ਵਰਤੋਂ ਕੀਤੀ ਜਾ ਸਕਦੀ ਹੈ ਉਹ ਪਾਕਿਸਤਾਨ ਦੇ ਵਿੱਚ ਵੀ ਤੇ ਸਾਡੇ ਵੀ ਉਹ ਵੀ ਆਪਣੀਆਂ ਨਹਿਰਾਂ ਬਣਾਉਣ ਜਿੱਥੇ ਕਿ ਜਿੰਨਾ ਕੁ ਪਾਣੀ ਬਚਦਾ ਜਿੰਨਾ ਪਾਣੀ ਸਾਡੇ ਤੋਂ ਸਾਂਭਿਆ ਜਾਂਦਾ ਇਹ ਉਹੀ ਪਾਣੀ ਰਾਲੇ ਰਾਲਾ ਕੇ ਰਾਜਸਥਾਨ ਤੱਕ ਵੀ ਜਾਂਦਾ ਆਪਾਂ ਨੂੰ ਉਸ ਦਾ ਯੋਗ ਇਸਤੇਮਾਲ ਕਰਨ ਲਈ ਪੈਸਾ ਇਨਵੈਸਟ ਕਰਨਾ ਚਾਹੀਦਾ ਇਹ ਕੇਂਦਰ ਨੂੰ ਪੰਜਾਬ ਦੀ ਸਲਾਹ ਪਰ ਜਿਹੜਾ ਵੀ ਪਾਣੀ ਸਖਵਿੰਦਰ ਪੰਜਾਬ ਤੋਂ ਜਾਂਦਾ ਉਹ ਜਾਵੇ ਰਾਜਸਥਾਨ ਨੂੰ ਉਹ ਜਾਵੇ ਹਰਿਆਣਾ ਨੂੰ ਉਹ ਜਾਵੇ ਦਿੱਲੀ ਨੂੰ ਜਾਂ ਕਿਸੇ ਹੋਰ ਪਾਸੇ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹਰਿਆਣਾ ਐਕਸੈਪਸ਼ਨ ਇਸ ਕਰਕੇ ਹੈ ਕਿ ਹਰਿਆਣਾ ਸਾਡਾ ਭਰਾ ਸੀ ਹਿੱਸਾ ਸੀ ਸਾਡਾ ਤੇ ਜਦੋਂ ਵੰਡ ਹੋਈ ਤੇ ਪਾਣੀ ਦੀ ਵੀ ਨਾਲ ਵੰਡ ਹੋ ਗਈ ਉਹ ਪਾਣੀ ਉਹਨਾਂ ਨੂੰ ਇਸ ਕਰਕੇ ਅਸੀਂ ਦਿੰਦੇ ਆ ਕਿਉਂਕਿ ਉਹ ਸਾਡੇ ਹੀ ਸੀਗੇ ਤੇ ਸਾਡੇ ਵਿੱਚੋਂ ਸੀਗੇ ਉਸ ਲਈ ਉਹ ਪਾਣੀ ਦੀ ਬੰਡ ਦੇ ਵਿੱਚ ਮੇਰਾ ਖਿਆਲ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਪਰ ਜਿਹੜੀ ਬੀਕਾਨਾਰ ਨੂੰ ਬੀਕਾਨੇਰ ਨੂੰ ਜਾਂ ਉਧਰ ਗੰਗਾ ਨਗਰ ਆਈ ਉਧਰ ਸਾਰਾ ਪਾਣੀ ਦੂਰ ਤੱਕ ਜਾ ਰਿਹਾ ਔਰ ਉੱਥੇ ਬਹੁਤ ਉਹ ਪਾਣੀ ਬੇਸਤ ਹੋ ਰਿਹਾ ਅਠਵੇਂ ਆਖਿਆ ਮਤਲਬ ਜੇ ਇੰਜ ਕਹਿ ਲਓ ਕਿ 40 ਗੁਣਾ ਜਿੰਨਾ ਦਿੱਲੀ ਨੂੰ ਪਾਣੀ ਜਾ ਰਿਹਾ ਪੰਜਾਬ ਦਾ ਉਹਦੇ ਨਾਲੋਂ 40 ਗੁਣਾ ਪਾਣੀ ਰਾਸਥਾਨ ਨੂੰ ਜਾ ਰਿਹਾ ਆਜ਼ਾਦੀ ਤੋਂ ਪਹਿਲਾਂ ਜਦੋਂ ਰਾਜਿਆਂ ਦਾ ਰਾਜ ਸੀ ਤੇ ਬੀਕਾਨੇਰ ਦਾ ਰਾਜਾ ਪਾਣੀ ਉਹ ਸਾਨੂੰ ਦਿੰਦੇ ਰੇ ਮੁਆਵਜ਼ਾ ਮਿਲਦਾ ਰਿਹਾ ਉਹ ਮੁਆਵਜ਼ਾ ਹੁਣ ਪੰਜਾਬ ਨੂੰ ਕਿਉਂ ਬੰਦ ਕਰਤਾ ਜੀ ਅੱਜ ਵਾਲੀ ਸਰਕਾਰ ਨੇ ਸਹੀ ਗੱਲ ਹਾਂ ਤਾਂ ਵਾਈ ਸਾਡੀ ਹੋਵੇ ਸਤਿਆਨਾ ਸਾਡਾ ਹੋਵੇ ਜਾਂ ਪਾਕਿਸਤਾਨ ਦਾ ਹੋਵੇ ਪਾਣੀ ਜਿਹੜਾ ਹੈ ਉਹ ਜਾ ਕੇ ਹਰਿਆਈ ਪੈ ਰਹੀ ਫਰਿਆਈ ਸਾਰੀ ਕਿਤੇ ਹੋਰ ਹੋਵੇ ਇਸ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਚ ਇੰਨਾ ਸਿੰਪਲ ਪ੍ਰਿੰਸੀਪਲ ਨਹੀਂ ਮੈਨੂੰ ਕੋਈ ਡਿਫੈਂਸ ਵਾਲੇ ਕਹਿ ਰਹੇ ਸੀ ਕਿ ਉਸ ਕਨਾਲ ਨੂੰ ਇਸ ਢੰਗ ਨਾਲ ਖੋਦਿਆ ਗਿਆ ਰਾਸਥਾਨ ਤੱਕ ਤਾਂ ਕਿ ਜੇ ਕੱਲ ਨੂੰ ਪਾਕਿਸਤਾਨ ਜਾਂ ਕਿਸੇ ਹੋਰ ਇਸ ਪਾਸੋਂ ਕੋਈ ਹਮਲਾ ਹੋਏ ਤੇ ਉਸ ਨੂੰ ਐਜ਼ ਅ ਡਿਫੈਂਸ ਮੈਕੈਨਿਜ਼ਮ ਵੀ ਵਰਤਿਆ ਜਾ ਸਕੇ ਬਹੁਤ ਸਾਰੀਆਂ ਪੰਜਾਬ ਚ ਸੜਕਾਂ ਐਸੇ ਪਰਪਸ ਲਈ ਵੀ ਕੱਡੀਆਂ ਜਾ ਰਹੀਆਂ ਕਿ ਕੱਲ ਨੂੰ ਸਾਡਾ ਕੋਈ ਕਿਸੇ ਨਾਲ ਲੜਾਈ ਝਗੜਾ ਹੋਵੇ ਉਚੀ ਨਾ ਹੋਵੇ ਜਾਂ ਪਾਕਿਸਤਾਨਾ ਹੋਵੇ ਇਹ ਸੜਕਾਂ ਡਿਫੈਂਸ ਲਈ ਵੀ ਵਰਤੀਆਂ ਜਾ ਸਕਣ ਤੁਹਾਨੂੰ ਪਤਾ ਕੁਝ ਹਿੱਸਾ ਦੇ ਉੱਤੇ ਹਵਾਈ ਜਾ ਜਿਹੜੇ ਡਿਫੈਂਸ ਵਾਲੇ ਉਹ ਮਿਗ ਵਗੈਰਾ ਉਤਾਰੇ ਜਾ ਸਕਦੇ ਇਹਨੀਆਂ ਵਧੀਆ ਇਹਨੀਆਂ ਮਜ਼ਬੂਤ ਇਹਨੀਆਂ ਵਧੀਆ ਟੰਗਾਂ ਬਣਾਈਆਂ ਦੀਆਂ ਇਹ ਸਾਰੀਆਂ ਚੀਜ਼ਾਂ ਦਾ ਬੈਠ ਕੇ ਸਿਵਲ ਸੋਸਾਇਟੀ ਨਾਲ ਇਹ ਤੁਧੀਆਂ ਸਰਕਾਰਾਂ ਨਾਲ ਕੇਂਦਰੀ ਸਰਕਾਰ ਭਾਵੇਂ ਉਹਦੇ ਚ ਡਿਫੈਂਸ ਮਿਨਿਸਟਰ ਨੂੰ ਬਿਠਾ ਲਓ ਹੋਮ ਮਿਨਿਸਟਰ ਨੂੰ ਬਿਠਾ ਲਓ ਇਰੀਗੇਸ਼ਨ ਮਿਨਿਸਟਰ ਨੂੰ ਬਿਠਾ ਲਓ এনवायरमेंट ਵਾਲੇ ਨੂੰ ਬਿਠਾ ਲਓ ਜਿੰਨੂੰ ਮਰਜੀ ਬਿਠਾਉਣਾ ਬਿਠਾ ਲਓ ਕਮੇਟੀ ਬਣਾ ਕੇ ਤੁਸੀਂ ਇਹ ਤੁਹਾਡੇ ਹੀ ਲੋਕ ਆ ਪੰਜਾਬੀ ਵੀ ਹਰਿਆਣੇ ਵੀ ਰਾਜਦਾਨੀ ਵੀ ਪਰ ਇਲਜ਼ਾਪ ਜੇ ੱੱਕਾ ਕਰੋਗੇ ਕਿਸੇ ਨਾਲ ਇੱਕ ਦਾ ਲਈ ਜਾਓਗੇ ਮਾਲ ਲੁੱਟ ਲੁੱਟ ਕੇ ਦੂਜੀ ਜਗ੍ਹਾ ਕਹੋਗੇ ਕਿ ਕੋਈ ਨਹੀਂ ਅਸੀਂ ਤੁਹਾਨੂੰ ਪੈਸਾ ਵੀ ਨਹੀਂ ਦੇਣਾ ਤੇ ਇੱਕ ਨੂੰ ਕੰਗਾਲ ਕਰ ਦੋਗੇ ਚੰਗੇ ਪਹਿਲੇ ਤੋਂ ਰਾਜੇ ਤੋਂ ਪਖਾਰੀ ਬਣਾ ਦੋਗੇ ਤੇ ਦੂਜੇ ਪਾਸੇ ਪਖਾਰੀਆਂ ਤੋਂ ਰਾਜੇ ਬਣਾਉਣ ਦਾ ਤੁਸੀਂ ਸਪਨਾ ਦੇਖੋਗੇ ਤਾਂ ਇਹ ਇੱਕ ਠੱਗਾ ਹੋਊਗਾ ਮੇਰਾ ਖਿਆਲ ਹੈ ਕਿ ਸਭ ਨੂੰ ਰਾਜੇ ਬਣਾਓ ਪਰ ਇਹ ਨਹੀਂ ਕਿ ਰਾਜੇ ਨੂੰ ਪਖਾਰੀ ਬਣਾ ਕੇ ਕਿਸੇ ਨੂੰ ਰਾਜੇ ਬਣਾਓ ਉਹ ਇਨਸਾਨੀਅਤ ਦੇ ਮਤਾਬਕ ਵੀ ਨੇਚਰਲ ਜਸਟਿਸ ਦੇ ਵੀ ਵਿਰੁੱਧ ਹੈਗਾ ਤੇ ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਡੀ ਸਰਕਾਰ ਨੂੰ ਅਸੀਂ ਅਪੀਲ ਕਰੀਏ ਪਹਿਲਾਂ ਤੇ ਭਗਵਾਨਤ ਮੈਂ ਅਸੈਂਬਲੀ ਚ ਰੈਜ਼ੋਲੂਸ਼ਨ ਲੈ ਕੇ ਆਉਣ ਜਿਹੜਾ ਬਾਰ-ਬਾਰ ਇਹ ਰੌਲਾ ਪਿੰਦਾ ਜਿਵੇਂ ਪਹਿਲੀਆਂ ਸਰਕਾਰਾਂ ਲਿਆਉਂਦੀਆਂ ਸੀ ਖਬਰਦਾਰ ਵਿੱਚੇ ਕੇਜਰੀਵਾਲ ਵਿੱਚੇ ਕੋਈ ਹੋਰ ABC D ਸਾਨੂੰ ਨਹੀਂ ਪਤਾ ਕੇਂਦਰੀ ਸਰਕਾਰ ਹੈ ਜਾਂ ਕੇਜਰੀਵਾਲ ਸਰਕਾਰ ਹੈ ਅ ਪੰਜਾਬ ਦੇ ਵਿੱਚ ਪਾਣੀ ਹੈ ਨਹੀਂ ਤੇ ਜਿਹੜਾ ਕੋਈ ਇੱਧਰ ਅੱਖ ਰੱਖੂਗਾ ਉਹ ਆਪਣਾ ਟਰੱਕ ਭਰ ਕੇ ਪੈਸਾ ਲੈ ਆ ਸਾਡੇ ਕੋਲ ਪਾਣੀ ਲੈ ਜਾਏ ਅਸੀਂ ਬੋਤਲਾਂ 'ਚ ਦੇਈਏ ਨਹਿਰਾਂ 'ਚ ਦੇਈਏ ਚੂਲੀਆਂ 'ਚ ਦੇਈਏ ਜਿਹੋ ਜਿਹਾ ਪੈਸਾ ਲਿਆਉਗੇ ਉਹੋ ਜਿਹਾ ਪੈਸਾ ਦੇਾਂਗੇ ਪਰ ਇਹਦੇ ਨਾਲ ਜਿਹੜਾ ਸਾਡਾ ਪਾਣੀ ਪਹਿਲਾਂ ਮੁਫਤ ਜਾ ਰਿਹਾ ਪਹਿਲਾਂ ਉਹਦਾ ਭੁਗਤਾਨ ਕਰ ਲਓ ਫਿਰ ਅਗਲੀ ਦੀ ਗੱਲ ਕਾਂਚ ਕਰ ਹਾਂ ਇਸ ਆਮ ਆਮਚ ਵੈਸੇ ਸਾਰੇ ਡੰਗੇ ਨੇ ਜਿਤ ਤੱਕ ਅਕਾਲੀ ਦਲ ਦੀ ਗੱਲ ਤੁਸੀਂ ਕਰਦੇ ਸੀ ਅਕਾਲੀ ਦਲ ਉਧਰੋਂ ਕਈਆਂ ਚੱਕੀਆਂ ਤੇ ਉਧਰੋਂ ਚੋਟਾਲੇ ਆ ਕੇ ਜਿਹੜੇ ਇਹਨਾਂ ਦੇ ਭਾਈਵਾਲ ਨੇ ਉਹ ਕਹਿੰਦੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਦੇਣਗੇ ਨਾਲੇ ਤੇ ਇਹਨਾਂ ਨੇ ਰੋਟੀਆਂ ਇਕੱਠੀਆਂ ਖਾਣੀਆਂ ਤੇ ਨਾਲੇ ਲੋਕਾਂ ਦੇ ਜਿਹੜੇ ਕੁਰਬਾਨੀ ਕਰਨ ਲਈ ਪੁੱਤ ਅੱਗੇ ਕਰ ਦੇਣੇ ਫਿਰ ਸਵਾਲ ਤਾਂ ਉੱਠਣਗੇ ਕਾਂਗਰਸ ਵਾਲਿਆਂ ਤੇ ਵੀ ਉੱਠਦੇ ਪੰਜਾਬ ਚ 5 ਸਾਲ ਰਾਜ ਕਰਕੇ ਸਾਢੇ 4 ਸਾਲ ਕੈਪਟਨ ਸਾਹਿਬ ਕੁਲਸੀ Rajasthan ਚ ਇਹਨਾਂ ਦੀ ਹਰਿਆਣੇ ਦੇ Rajasthan ਚ ਕਾਂਗਰਸ ਦੀ ਸਰਕਾਰ ਆ ਉਹਨੂੰ ਕਹਿ ਦਿੰਦੇ ਕਿ ਲਿਆਓ ਭਾਈ ਪੰਜਾਬ ਦਾ ਪੈਸਾ ਦਿਓ ਜੇ ਇੰਨੇ ਸੋਇਰਦ ਨੇ ਫਿਰ ਜਦੋਂ ਇਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਨਾ ਕਿ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਜੀ ਉੱਡਾ ਸਾਹਿਬ ਉਧਰੋਂ ਬਿਆਨ ਲਾ ਦਿੰਦੇ ਨੇ ਕਿ ਇੱਕ ਇੱਕ ਬੂੰਦ ਜਿਹੜੀ ਲੈ ਕੇ ਰਵਾਂਗੇ ਇਧਰੋਂ ਵੜਿੰਗ ਸਾਹਿਬ ਬਿਆਨ ਲਾ ਦਿੰਦੇ ਨੇ ਕਿ ਇਹਦੇ ਉੱਤੇ ਭਗਵੰਤ ਸਿੰਘ ਸਰਕਾਰ ਜਿਹੜੀ ਆ ਕੀ ਸਟੈਂਡ ਰੱਖਦੀ ਹੈ ਸਾਡੀ ਪੰਜਾਬ ਕਾਂਗਰਸ ਖੜੀ ਹੈ ਇਸ ਮਸਲੇ ਤੇ ਐਸਵੀਐਲ ਦਾ ਪਾਰ ਨਹੀਂ ਜਾਣਦੇ ਅਸੀਂ ਇਹੋ ਜਿਹੇ ਬਿਆਨ ਜਦੋਂ 도ਗਲੀਆਂ ਨੀਤੀਆਂ ਸਾਹਮਣੇ ਆਉਂਦੀਆਂ ਤਾਂ ਫਿਰ ਇਹਨਾਂ ਸਾਰਿਆਂ ਦੇ ਸਵਾਲ ਖੜੇ ਹੁੰਦੇ ਨੇ ਹੁਣ ਪਤਾ ਨਹੀਂ ਅਰਵਿੰਦ ਕੇਜਰੀਵਾਰ ਹੋਣੀ ਕਿਸ ਤਰ੍ਹਾਂ ਇਸ ਮਸਲੇ ਦਾ ਹੱਲ ਕੱਢਦੇ ਨੇ ਪਰ ਪ੍ਰੋਫੈਸਰ ਸਾਹਿਬ ਅੱਜ ਜਦੋਂ ਹੁਣ ਆਪਾਂ ਤਸਵੀਰਾਂ ਦੇਖਦੇ ਆਂ ਸੋਨਾਲੀ ਪੁਗਾੜ ਦੇ ਪਰਿਵਾਰ ਨੂੰ ਮਿਲਣਗੇ ਠੀਕ ਹੈ ਇੱਕ ਸਿਆਸਤਦਾਨ ਹੋਣ ਦੇ ਨਾਤੇ ਜਾਂ ਪਰਿਵਾਰਕ ਤੌਰ ਦੇ ਉੱਤੇ ਬੰਦੇ ਨੂੰ ਚਲੋ ਹਮਦਰਦੀ ਹੋ ਜਾਂਦੀ ਹੈ ਕਿ ਜਾਣਾ ਵੀ ਚਾਹੀਦਾ ਆ ਪਰ ਜਦੋਂ ਚਲੋ ਵੋਟਾਂ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਇਹੋ ਜਿਹੇ ਮਸਲੇ ਨੇ ਇੱਕ ਤਾਂ ਨਹਿਰੀ ਪਾਣੀ ਨੂੰ ਲੈ ਕੇ ਕਿਸਾਨ ਧਰਨੇ ਆ ਤੇ ਬੈਠੇ ਨੇ ਦੂਜਾ ਇੱਕ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ ਸਿੱਖ ਜਥੇਬੰਦੀਆਂ ਬੈਠੀਆਂ ਹੋਈਆਂ ਤੀਜਾ ਇੱਕ ਹੋਰ ਮਸਲਾ ਜਿਹੜਾ ਆ ਬਿਜਲੀ ਵਾਲੇ ਮਸਲੇ ਦੇ ਉੱਤੇ ਪੰਜਾਬ ਜਿਹੜਾ ਆਰਥਿਕ ਤੌਰ ਦੇ ਉੱਤੇ ਪਛੜ ਦਾ ਨਜ਼ਰ ਆ ਰਿਹਾ ਕਿ ਬਿਜਲੀ ਸਬਸਿਡੀ ਬਹੁਤ ਜ਼ਿਆਦਾ ਦੇ ਦਿੱਤੀ ਗਈ ਇਹ ਸਾਰੇ ਮਸਲੇ ਨੇ ਪੰਜਾਬ ਤੇ ਬਹੁਤ ਮਸਲੇ ਨੇ ਜਿਵੇਂ ਉਹ ਜ਼ੀਰੇ ਵਾਲੀ ਫੈਕਟਰੀ ਦਾ ਮਸਲਾ ਆ ਉਹ ਵੀ ਬੈਠੇ ਵਾਲੇ ਤੱਕ ਉੱਥੇ ਵੀ ਕੇਜਰੀਵਾਲ ਸਾਹਿਬ ਨੂੰ ਬੋਲਣਾ ਚਾਹੀਦਾ ਤਕਰੀਬਨ 6 ਮਹੀਨੇ ਹੋ ਗਏ ਪੰਜਾਬ ਸਰਕਾਰ ਚੱਲਦੀ ਨੂੰ ਆ ਕੇ ਉਹਨਾਂ ਨੂੰ ਦੇਣ ਭਰੋਸਾ ਕਿ ਆ ਭਾਈ ਅਸੀਂ ਆ ਮਸਲੇ ਦਾ ਹੱਲ ਕਰਾਂਗੇ ਨਹੀਂ ਇੱਥੇ ਨਹੀਂ ਆਉਣਗੇ ਉਹ ਇੱਥੇ ਤੇ ਕਾਲੀਆਂ ਛੜੀਆਂ ਹੁਣ ਲੋਕਾਂ ਨੇ ਖੜੀਆਂ ਕਰਤੀਆਂ ਤੁਸੀਂ ਹੋਰ ਗੱਲਾਂ ਸਾਰੀਆਂ ਗਣਤੀਆਂ ਤੁਸੀਂ ਇਹ ਕਿਉਂ ਨਹੀਂ ਗਿਣਿਆ ਕਿ ਅਜੇ ਤੱਕ ਲੋਕਾਂ ਨੂੰ ਤਨਖਾਹ ਹੀ ਨਹੀਂ ਮਿਲੀ ਉਹ ਕਹਿੰਦੇ ਸੀ ਅੱਜ ਸ਼ਾਮ ਤੱਕ ਦੇ ਦੇਣੀ ਹੈ ਅੱਜ ਸ਼ਾਮ ਨੂੰ ਦੇਣਗੇ ਤੇ ਕੱਲ ਨੂੰ ਮਿਲੂਗੀ ਅੱਜ ਸ਼ਾਮ ਨੂੰ ਥੋੜੀ ਜੀ ਤਨਖਾਹ ਤੇ ਸਵੇਰੇ ਮਿਲਣੀ ਹੁੰਦੀ ਹੈ ਤੇ ਇਸ ਲਈ ਉਹ ਅੱਜ ਸ਼ਾਮ ਨੂੰ ਮਿਲੂ ਜਾਂ ਕੱਲ ਨੂੰ ਮਿਲੂ ਉਹ ਨਹੀਂ ਹੈਗੀ 7 ਦਿਨ ਹੋ ਗਏ 7 ਦਿਨ ਨੰਗ ਗਏ ਸਮਝ ਲਓ ਮੈਨੂੰ ਫੋਨ ਆਉਨੇ ਸ਼ੁਰੂ ਹੋ ਗਏ ਆ ਤੁਹਾਡੀ ਇੰਨੀ ਮਸ਼ਹੂਰੀ ਆ ਵੀ ਅਸੀਂ ਗੱਲ ਕਰਦੇ ਜ਼ਰੂਰ ਆ ਤੇ ਉਹਨਾਂ ਨੇ ਤਗੀਤ ਕੀਤੀ ਉਹ ਅਸੀਂ ਸਾਰੇ ਗਾਂ ਕਿਰਾਏ ਪਾੜੇ ਦੇਣੇ ਆ ਸਾਨੂੰ ਤੇ ਸਾਡੇ ਮਕਾਨ ਮਾਲਕ ਤੰਗ ਕਰ ਰਹੇ ਆ ਕਿਸ਼ਤ ਦੇਣੀ ਆ ਉਥੋਂ ਪਿੱਛੇ ਪੈ ਗਏ ਆ ਸਾਨੂੰ ਤੇ ਬਹੁਤ ਪਰੇਸ਼ਾਨੀ ਹੋ ਗਈ ਆ ਕੰਮ ਕਿਵੇਂ ਕਰੀਏ ਕੰਮ ਤੇ ਜਾਣ ਨੂੰ ਹੀ ਨਹੀਂ ਚੀ ਕਰਦਾ ਤੇ ਕਈ ਮਹਿਕਮਿਆਂ ਦਾ ਤਾਂ ਕਹਿੰਦੇ ਸੈਂਸੀ ਕਦੀਏ ਸਪਣੀ ਜਿਬ ਨਹੀਂ ਸੋਚ ਸਕਦੇ ਕਿ ਸਾਨੂੰ ਤਨਖਾਹ ਵੇਲੇ ਸਿਰ ਨਹੀਂ ਮਿਲੂਗੀ ਤੁਹਾਨੂੰ ਪਤਾ ਪੰਜਾਬ ਪੁਲਿਸ ਨੂੰ ਨਹੀਂ ਤਨਖਾਹ ਮਿਲੀ ਹੂੰ ਜੇ ਕਹਿੰਦੇ ਕਿ ਅਸੀਂ ਉਹਨਾਂ ਦੀ ਬੜੀ ਕਦਰ ਕਰਦੇ ਹਾਂ 1 ਕਰੋੜ ਰੁਪਇਆ ਦੇਾਂਗੇ ਜਿਹੜਾ ਕੰਮ ਕਰਦਿਆਂ ਕੋਈ ਕਿਸੇ ਡਿਊਟੀ ਆਉਣ ਡਿਊਟੀ ਸ਼ਹੀਦ ਹੋਊਗਾ ਭਾਈ ਉਹਨਾਂ ਨੂੰ ਰੋਟੀ ਤੇ ਦੇ ਦਿਓ ਤਨਖਾਹ ਤੇ ਦੇ ਦਿਓ ਜੋ ਉਹਨਾਂ ਦਾ ਬਣਦਾ ਬਾਕੀ ਜੋ ਮਰਜ਼ੀ ਕਰਿਓ ਐਨ ਸੱਤੂ ਵੀ ਕਹੇ ਭਈਆ ਬੁਰਾ ਹਾਲ ਆ ਇਸ ਲਈ ਕੇਜਰੀਵਾਲ ਜਦੋਂ ਇੱਥੇ ਵੜਨਗੇ ਜੇ ਤੇ ਛੇਤੀ ਛੇਤੀ ਢੇੜਾ ਲਾ ਗਏ ਫਿਰ ਤੇ ਚਲੋ ਪੁਲਿਸ ਨਾਲ ਜਿਹੜਾ ਲੱਗ ਜਾਊਗਾ ਜੇ ਜਿਹੜਾ ਉਹਨਾਂ ਨੇ ਲਾਇਆ 4 ਮਹੀਨੇ ਬਾਅਦ ਫਿਰ ਤੇ ਸ਼ੰਭੂ ਬਾਰਡਰ ਤੋਂ ਹੀ ਪਰਾ ਰਹਿਣਗੇ ਫਿਰ ਤੇ ਉਹ ਇੱਥੇ ਆਉਂਦੇ ਨਹੀਂ ਅੱਗੇ ਤੇ ਮੁਸ਼ਕਲ ਆ ਕਿਉਂਕਿ ਲੋਕਾਂ ਦੇ ਉਦੋਂ ਤੱਕ ਉਹਨਾਂ ਨੇ ਕਿਲਾਬੰਦੀ ਪੰਜਾਬ ਦੀ ਬਾਰਡਰ ਤੇ ਕਰ ਦੇਣੀ ਹੈ ਇੱਥੇ ਚੰਡੀਗੜ੍ਹ 'ਚ ਵੀ ਹੋਣ ਵਾਲੀ ਆ ਪਾਣੀਆਂ ਦੇ ਮਾਮਲੇ ਤੇ ਕਿਲਾਬੰਦੀ ਜਿੱਤਨਾ ਪਹਿਲਾਂ ਮੋਰਚਾ ਬੰਦੀ ਹੋਈ ਸੀ ਕਿਸਾਨ ਐਨ ਲਾਠੀਆਂ ਨੂੰ ਤੇਲ ਮਲੀ ਬੈਠੇ ਆ ਪੰਜਾਬ ਦੇ ਮਸਲਿਆਂ ਨੂੰ ਤੁਸੀਂ ਜੇ ਜਿੰਨੇ ਵਾਦੇ ਕੀਤੇ ਆ ਉਹਦੇ ਹੱਲ ਕਰ ਦਿਜੇਗਾ ਉਲਝਾਉਂਦੇ ਹੀ ਰਹੋਗੇ ਤੇ ਰਾਜਨੀਤੀ ਕਰਦੇ ਰਹੋਗੇ ਕੋਈ ਵੀ ਹੋਵੇ ਆਪ ਹੋਵੇ ਜਾਂ ਪੀਲੀਆ ਪਾਰਟੀ ਨਾ ਹੋਣ ਤਾਂ ਫਿਰ ਲੋਕਾਂ ਦਾ ਗੁੱਸਾ ਤੇ ਜਾਇਜ਼ ਹੀ ਆ ਲੋਕ ਤੇ ਫਿਰ ਆਪਣਾ ਇਜ਼ਹਾਰ ਗੁੱਸੇ ਦਾ ਇਜ਼ਹਾਰ ਤੇ ਕਰਨਗੇ ਤੁਸੀਂ ਠੀਕ ਆ ਕਿਉਂ ਕਿਉਂ ਨਹੀਂ ਜਾਂਦੇ ਉੱਥੇ ਫਿਰ ਗਾੜੀ ਉਹ ਕਿਉਂ ਨਹੀਂ ਜਾਂਦੇ ਜਗ੍ਹਾ ਜਗ੍ਹਾ ਜਿਹੜੇ ਬੜੇ ਬੜੇ ਪ੍ਰੋਟੈਸਟ ਗੰਨੇ ਵਾਲਿਆਂ ਦਾ ਹੋਰ ਨਾਲ ਦਾ ਇਹਨਾਂ ਹੁੰਦਾ ਉਹਨਾਂ ਨੂੰ ਆ ਕੇ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਇਹ ਥੋੜਾ ਕਿ ਅੰਬ ਮੁੱਕੇ ਜਰਾਨੇ ਟੁੱਟ ਗਏ ਇਸ ਤਰ੍ਹਾਂ ਨਹੀਂ ਐ ਭੀ ਹੁਣ ਤੁਹਾਡੀਆਂ ਵੋਟਾਂ ਪੈ ਗਈਆਂ ਤੇ ਹੁਣ ਗਾਂਹ 50 ਸਾਲਾਂ ਬਾਅਦ ਫੇਰ ਕੇ ਜਿਹੜੀ ਵਾਲਜੀ ਆਉਣਗੇ ਬੜੀਆਂ-ਬੜੀਆਂ ਗੱਲਾਂ ਕਰਨਗੇ ਸੋਹਣੀਆਂ-ਸੋਹਣੀਆਂ ਭੋਲੇ-ਭਾਲੇ ਮੂੰਹ ਦੇ ਨਾਲ ਤੇ ਲੋਕਾਂ ਦਾ ਬੇਬਕੂ ਬਣਾਉਣਗੇ ਉਹ ਪੰਜਾਬ ਤੇ ਸ਼ਾਇਦ ਉਹਨੇ ਦੁਬਾਰਾ ਕਾਟ ਦੀ ਆਂਟੀ ਨਾ ਹੀ ਚੜੇ ਤੇ ਪਰ ਜਿੱਥੇ-ਜਿੱਥੇ ਚੜਾਉਣ ਜਾ ਰਹੇ ਆ ਗੁਜਰਾਤ ਔਰ ਹਿਮਾਚਲ ਦੇ ਵਿੱਚ ਉੱਥੇ ਤੇ ਸੁਖਵਿੰਦਰ ਉਹਨਾਂ ਨੇ ਇੰਨਾਂ ਗੱਲਾਂ ਦਾ ਫਾਇਦਾ ਜੇ ਇੱਥੇ ਆ ਗਏ ਤੋ ਨਾਲ ਜਲੂਸ ਕੱਢਿਆ ਲੋਕਾਂ ਨੇ ਕਿਸੇ ਵੀ ਕਿਸਮ ਦਾ ਤੇ ਕੁਦਰਤੀ ਆ ਉਹ ਗੁਜਰਾਤ ਚ ਵੀ ਖਬਰ ਲੱਗੂਗੀ ਤੇ ਹਿਮਾਚਲ ਚ ਵੀ ਲੱਗੂਗੀ ਕਿ ਤੁਹਾਡੇ ਪੰਜਾਬ ਮਾਡਲ ਦਾ ਕੀ ਹੋਇਆ ਆ ਕੀ ਹੋ ਗਿਆ ਇਸ ਲਈ ਇੱਥੇ ਉਹ ਇਹੋ ਜੀ ਸਹਾਨਪੂਤੀ ਲਈ ਨਹੀਂ ਹੋਣਗੇ ਪ੍ਰੋਫੈਸਰ ਸਬ ਸਵਾਲ ਬਹੁਤ ਖੜੇ ਹੁੰਦੇ ਨੇ ਸਰਕਾਰ ਦੇ ਉੱਤੇ ਸਰਕਾਰ ਦੀਆਂ ਨੀਤੀਆਂ ਤੇ ਨੀਅਤ ਦੇ ਉੱਤੇ ਵਿਜੇ ਸਿੰਘਲਾ ਜਿਹੜੇ ਮੰਤਰੀ ਸੀਗੇ ਉਹ ਬਾਹਰ ਆ ਗਏ ਕਿ ਭ੍ਰਿਸ਼ਟਾਚਾਰ ਮੁੱਕ ਗਿਆ ਸਾਧੂ ਸਿੰਘ ਧਰਮਸੋਤ ਉਹ ਵੀ ਜ਼ਮਾਨਤ ਤੇ ਬਾਹਰ ਆ ਗਏ ਕੀ ਇਹਦੇ ਨਾਲ ਉਸ ਮਸਲੇ ਦਾ ਸਾਰੇ ਦਾ ਹੱਲ ਨਿਕਲ ਗਿਆ ਲੋਕਾਂ ਤੇ ਮੁਸ਼ਕਲਾਂ ਦਾ ਹੱਲ ਹੋਇਆ ਭਾਰਤਪੁਰਸ਼ ਰਾਸੂ ਨੇ ਜ਼ਮਾਨਤ ਲਈ ਹੋਈ ਹੈ ਬਿਕਰਮ ਮਜੀਠੀਆ ਜ਼ਮਾਨਤ ਤੇ ਬਾਹਰ ਨੇ ਕੀ ਨਸ਼ਿਆਂ ਦਾ ਹੱਲ ਨਿਕਲ ਗਿਆ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਕੀ ਇਹ ਸਾਰਾ ਕੁਝ ਕੱਲ ਨੂੰ ਤੁਸੀਂ ਬੇਅਦਬੀ ਵਾਲੇ ਮਸਲਿਆਂ 'ਚ ਕਹਿ ਦੋਗੇ ਜੀ ਦੇਖੋ ਅਸੀਂ ਬਾਦਲ ਪਰਿਵਾਰ ਨੂੰ ਅੰਦਰ ਕਰ ਦਿੱਤਾ ਜੀ ਕੀ ਉਹਦਾ ਹੱਲ ਨਿਕਲ ਗਿਆ ਉਹਨਾਂ ਨੇ ਜ਼ਮਾਨਤ ਲੈ ਕੇ ਬਾਹਰ ਆ ਜਾਣਾ ਤੇ ਫਿਰ ਗੱਲ ਉੱਥੇ ਵੀ ਉੱਥੇ ਲਟਕ ਜਾਨੀ ਆ ਲੋਕ ਤੇ ਮੂੰਹਾਂ ਦੇਖਦੇ ਰਹਿਣਗੇ ਕਿ ਲਓ ਜੀ ਹੁਣ ਸਮਾਂ ਲੰਘ ਗਿਆ ਹੁਣ ਦੱਸੋ ਕਿ ਬਣਿਆ ਕੀ ਇਹਦੇ ਨਾਲ ਪੰਜਾਬ ਨੂੰ ਕੀ ਮਿਲਿਆ ਦੇਖੋ ਇਹ ਜਿਹੜੇ ਬੰਦੇ ਅੰਦਰ ਆਗੇ ਤੇ ਬਾਹਰ ਚਲੇਗੇ ਤੇ ਸਭੋ ਬਾਹਰ ਆ ਕੇ ਚੌੜੇ ਹੋਣਗੇ ਅੱਖਾਂ ਦਿਖਾਉਣਗੇ ਸਾਰਿਆਂ ਨੂੰ ਕਿਉਂਕਿ ਇੱਕ ਕੋਰਸ ਪੂਰਾ ਕਰ ਲਿਆ ਉਹਨਾਂ ਨੇ ਜਿਹੜੀ ਗੱਲ ਦਾ ਡਰ ਹੁੰਦਾ ਉਹ ਡਰ ਵੀ ਚੱਕਿਆ ਗਿਆ ਵੀ ਵੱਤ ਵੱਤ ਜੇਲ੍ਹ ਚ ਹੀ ਦੋਗੇ ਗੋਲੀ ਤੇ ਮਾਰੋਗੇ ਨਹੀਂ ਕਿਸੇ ਨੂੰ ਜੇਲ੍ਹ ਚ ਹੀ ਦੋਗੇ ਨਾ ਕੋਈ ਝੂਠਾ ਪੁਲਿਸ ਮੁਕਾਬਲਾ ਥੋੜੀ ਕਰੋਗੇ ਇਹਨਾਂ ਨਾਲ ਤੇ ਜੇ ਜੇਲ੍ਹ ਚ ਦੋਗੇ ਉਹ ਜੇਲ੍ਹ ਤੇ ਜਾ ਹੀ ਆਏ ਉਹ ਕਿੰਦੇ ਦੁਬਾਰਾ ਜਾਵਾਂਗੇ ਸਾਨੂੰ ਤੇ ਪਤਾ ਲੱਗ ਗਿਆ ਉਹਨੂੰ ਜੇਲ੍ਹ ਚ ਕਿਵੇਂ ਰਹਿਦਾ ਇੱਕ ਭਰਮ ਭਾਜਾ ਹੁੰਦਾ ਆ ਜੇ ਆਪਾਂ ਉਹ ਇੱਕ ਵਾਰੀ ਟੁੱਟ ਜਾਏ ਤਾਂ ਫਿਰ ਅਗਲਾ ਬੰਦਾ ਸਭੋਂ ਬੋਲਡ ਹੀ ਹੁੰਦਾ ਫਿਰ ਤੁਸੀਂ ਕਹੋਗੇ ਫਿਰ ਸਾਡੇ ਕੋਲ ਹੱਲ ਕੀ ਆ ਆਪਾਂ ਜੇਲ੍ਹ ਚ ਹੀ ਦੇ ਸਕਦੇ ਹਾਂ ਹੋਰ ਕੀ ਕਰ ਸਕਦੇ ਸਾਨੂੰ ਇਹ ਲੱਗਦਾ ਕਿ ਡਰਾਮੇਬਾਜ਼ੀ ਨਾਲ ਉਹਨੂੰ ਫੜ ਲਿਆ ਉਹਨੂੰ ਛੱਡ ਤਾਂ ਆਲਾ ਰੋਜ਼ ਖਬਰਾਂ ਲਵਾਤੀਆਂ ਹੁਣ ਉੱਥੇ ਛਾਪਾ ਹੋਣਾ ਆ ਹੋ ਗਿਆ ਹੁਣ ਇੱਥੇ ਆ ਕਰ ਲੱਗਿਆ ਚੌਕੀਦਾਰ ਫੜ ਲਿਆ ਕਲਰਕ ਫੜ ਲਿਆ ਅਸੀਂ ਫਲਾਨੀ ਜਗ੍ਹਾ ਪ੍ਰੇਸ਼ਟਾਚਾਰ ਮੁਕਤ ਕਰਤਾ ਪੰਜਾਬ ਨੂੰ ਜਾਂ ਇਹ ਕਰਤਾ 5 ਕਿਲੋ ਹੇਰੇ ਮੈਨੇ ਉੱਥੇ ਫੜ ਲਈ ਕਰੀ ਚੱਲੋ ਇਹ ਤੇ ਟੀਮ ਦੇ ਵਿੱਚ ਕਰਦੇ ਆ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰੀ ਕਿਲੋ ਸਵਾਲ ਤੁਸੀਂ ਤੇ ਸਿਸਟਮ ਵਾਲੀ ਪਾਰਟੀ ਆ ਵਿਵਸਥਾ ਬਦਲਣ ਵਾਲੀ ਪਾਰਟੀ ਆ ਇੰਨਾ ਹੀ ਸਾਡਾ ਸਵਾਲ ਹੈਗਾ ਕਿ ਕੀ ਜਿਨ੍ਹਾਂ ਕਾਰਨਾ ਕਰਕੇ ਉਹ ਬੰਦੇ ਫੜੇ ਗਏ ਐ ਜਿਸ ਜਿਸ ਦੋਸ਼ ਦੇ ਤਹਿਤ ਫੜੇ ਗਏ ਆ ਉਹ ਸਿਸਟਮ ਬੰਦ ਹੋ ਗਿਆ ਤੁਸੀਂ 10 ਬੰਦੇ ਰੇਤਾ ਬਜਰੀ ਵਾਲੇ ਅੰਦਰ ਦੇ ਦਿਓ ਫਿਰ ਰੀਤਾ ਬਜਰੀ ਵੇਖਣਾ ਬੰਦ ਹੋ ਜੂਗਾ ਅੱਗੇ ਨਾਲ ਦੁੱਗਣੇ ਰੇਟ ਤੇ ਮਿਲਦਾ ਉਹੋ ਹੀ ਸਾਰਾ ਕੁਝ ਚੱਲ ਰਿਹਾ ਤੁਹਾਡੇ ਸਾਹਮਣੇ ਚੱਲ ਗਿਆ ਸਭ ਤੋਂ ਦੁੱਖ ਦੀ ਗੱਲ ਨਸ਼ੇ ਵਾਲੀ ਹੈ ਰੋਜ਼ ਮੌਤਾਂ ਰੋਜ਼ ਮੌਤਾਂ ਅੱਜ ਵੀ ਕੋਈ ਦਿਨ ਖਾਲੀ ਨਹੀਂ ਜਿੱਥੇ ਇੱਕ ਦੋ ਖਾਸ ਕਰ ਜਦੋਂ ਦੋ ਭਰਾਵਾਂ ਦੀਆਂ ਇਕੱਠੀਆਂ ਮੌਤਾਂ ਹੋਈਆਂ ਉਹਨੇ ਤੇ ਦਿਲ ਦਹਿਲਾ ਦੇ ਵਾਲੀ ਗੱਲ ਸੀਗੀ ਤੇ ਕੇਜਰੀਵਾਲ ਦੀ ਪ੍ਰਾਣੀਆਂ ਕਲਿੱਪਿੰਗ ਤੁਸੀਂ ਸੁਣ ਲਓ ਕੀ ਕਹਿੰਦੇ ਆ ਹਮ 4 ਮਹੀਨੇ ਮੇ ਨਸ਼ਾ ਖਤਮ ਕਰ ਦੇਗੇ ਪਹਿਲੇ ਵਾਲਾ ਸੁਣ ਲਓ ਗੁਟਕਾ ਸਾਫ ਫੜ ਕੇ ਕੀ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਅਸੀਂ ਹਫਤੇ ਚ ਨਸ਼ਾ ਖਤਮ ਕਰੇ ਕਿਹੜਿਆ ਜਾਦੂ ਆ ਤੁਹਾਡੇ ਕੋਲ ਹਫਤਾ ਹੋਏ ਮਹੀਨਾ ਹੋਏ ਕੋਈ ਗੱਲ 5 ਸਾਲ ਨਿਕਲ ਗਏ ਹਾਰ ਕੇ ਲੋਕਾਂ ਨੇ ਕੁਰਸੀ ਖੇਚ ਲਈ ਹੁਣ ਤੁਸੀਂ ਕੀ ਭਗਵੰਤ ਮਾਨ ਦੀ ਵੀ ਕੁਰਸੀ ਖਚਵਾ ਕੇ ਹਟਣੀ ਆ ਕੁਝ ਹੋਰ ਕਰਨਾ ਇੱਥੇ ਤਾਂ ਤੇ ਉਹ ਵੀ ਨਹੀਂ ਅਜੇ ਦੇਖਦਾ ਕਿ ਕੌਣ ਹੋਊਗਾ ਚੱਡੇ ਨੇ ਲੈਣੀ ਆ ਜਾਂ ਕਿਸੇ ਹੋਰ ਨੇ ਜਾਂ ਕੀ ਆ ਜਾਂ ਇੰਜੀ ਘੈਂਸ ਘੈਂਸ ਚੱਲੀ ਜਾਣੀ ਆ ਪਰ ਗੱਲ ਬੜੀ ਸਾਫ਼ ਹੈ 6 ਮਹੀਨੇ ਹੋ ਗਿਆ ਸਿਚੁਏਸ਼ਨ ਆਪਣੀ ਜਿਹੜੀ ਬੇਵਸੀ ਜ਼ਿਆਦਾ ਹੋ ਰਹੀ ਹੈ ਪੈਸੇ ਕਹਿੰਦੇ ਜੀ ਸਾਨੂੰ ਅੱਗੇ ਨਾਲ ਬਹੁਤ ਮਿਲ ਗਏ ਵੀ ਜੇ ਪੈਸੇ ਅੱਗੇ ਨਾਲ ਜ਼ਿਆਦਾ ਮਿਲ ਗਏ ਤੇ ਤਨਖਾਹਾਂ ਕਿਉਂ ਨਹੀਂ ਦੇ ਦਿੰਦੇ ਕਹਿੰਦੇ ਜੀ ਸ਼ਾਇਦ ਮੈਨੂੰ ਇਹ ਵੀ ਕਿਤੇ ਪਤਾ ਲੱਗਾ ਕਿ 1000 ਕਰੋੜ ਰੁਪਇਆ ਸੂਤ ਤੇ ਲਾਤਾ ਕਿਤੇ ਗਾਂ ਵੀ ਤੁਸੀਂ ਸੂਦਖੋਰ ਹੋਣਾ ਸਰਕਾਰ ਨੇ ਕਿ ਪਹਿਲਾਂ ਆਪਣੇ EMPLOYEES ਦੀਆਂ ਤਨਖਾਹਾਂ ਦੇਣੀਆਂ ਇਹ ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਜਾਤ ਕੀਤੇ ਉਹ ਟ੍ਰੇਨਿੰਗ ਦੇ ਦिए ਕਿ ਜਿਹੜੀ ਇਕਨੋਮਿਕਸ ਫਾਈਨੈਂਸ ਹੋਰ ਫਾਈਨੈਂਸ ਮਿਨਿਸਟਰ ਨੂੰ ਵੀ ਹੋਰ ਜਿਹੜੇ ਬੰਦੇ ਡੀਲ ਕਰਦੇ ਆ ਸਾਰੇ ਨਹੀਂ ਤੇ ਜੋ ਅੱਜ ਦੀ ਹਾਲਤ ਆ ਮੈਨੂੰ ਤੇ ਸੱਚੀ ਆਉਣ ਵਾਲਾ ਸਮਾਂ ਇੱਕ ਜੇ ਸੋਚੋਗੇ ਸੀਰੀਅਸਲੀ ਤੇ ਕਬਰਾਟ ਵਾਲਾ ਹੈ ਤਾਂ ਇਹ ਚੱਲਣਾ ਹੀ ਨਹੀਂ ਅਰਥਵਿਵਸਥਾ ਤੇ ਘੱਟੋ ਘੱਟ ਨਹੀਂ ਚੱਲਣੀ ਹੈ ਕਾਰਨ ਉਹਦਾ ਇਹ ਹੈਗਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ 12000 ਕਰੋੜ ਰੁਪਇਆ ਬੀਬੀਆਂ ਨੂੰ ਦੇਣਾ 10000 ਰੁਪਇਆ ਮਹੀਨਾ ਸਾਰਿਆਂ ਨੂੰ 18000 ਕਰੋੜ ਰੁਪਇਆ ਬਿਜਲੀ ਦਾ ਆ ਠੀਕ ਹੈ ਜੀ ਹਾਂ ਇਸੇ ਤਰੀਕੇ ਨਾਲ 20000 ਕਰੋੜ ਤੋਂ ਉੱਪਰ ਉੱਪਰ ਤੁਸੀਂ ਸੂਦ ਦੇਣਾ ਕਰਜ਼ੇ ਦਾ 9000 ਕਰੋੜ 18 12 30 ਤੇ 20 50000 ਕਰੋੜ ਰੁਪਇਆ ਪੱਕੀਆਂ ਤਨਖਾਹਾਂ ਦਾ ਦੇਣਾ 30000 ਕਰੋੜ ਰੁਪਇਆ 80000 ਕਰੋੜ ਰੁਪਇਆ ਹੋ ਗਿਆ ਅਜੇ ਮੈਂ ਪੈਨਸ਼ਨ ਆ 15000 ਕਰੋੜ ਰੁਪਇਆ ਪੈਨਸ਼ਨਾਂ ਦਾ 95000 ਕਰੋੜ ਰੁਪਇਆ ਹੋ ਗਿਆ ਉਹ ਮੈਨੂੰ ਦੱਸੋ ਤੇ ਸਹੀ ਪੈਸੇ ਆ ਕਿੱਥੇ ਤੁਹਾਡੇ ਕੋਲ 16000 ਕਰੋੜ ਰੁਪਇਆ ਇਹਨਾਂ ਦਾ ਸ਼ੇਂਦਰ ਤੋਂ ਜਿਹੜਾ ਅੱਗੇ ਆਉਂਦਾ ਸੀ ਉਹ ਇਕੱਠਾ ਆ ਗਿਆ ਕਰੋ ਕਰਾਓ ਦਿੱਲੀ ਚ ਬੈਠਾ ਹੈ ਤੇਜਰੀ ਬਾੜ ਸੇ ਸੋਦੀਆ ਕਰੋ ਕਰਾਓ ਚਲੋ ਤੁਸੀਂ ਵੀ ਚਲੋ ਸਾਰੇ ਅਸੀਂ ਵੀ ਨਾਲ ਚੱਲਦੇ ਕਰੋ ਦਿੱਲੀ ਦੇ ਕਿਸਾਨਾਂ ਵਾਂਗੂ ਕੇਂਦਰੀ ਸਰਕਾਰ ਦਾ ਕਰਾਓ ਜੇ ਦਮ ਖਾਮ ਹੈ ਕਿ ਖਬਰਦਾਰ ਜੇ ਸਾਡੇ GST ਇਕੱਠੇ ਸਾਨੂੰ ਅਜੇ 5 ਸਾਲ ਹੋਰ ਜੇ ਤੁਸੀਂ ਸਾਨੂੰ ਕੋਈ ਜ ਸਪੈਸ਼ਲ ਪੈਕੇਜ ਨਹੀਂ ਦੇਣਾ ਤੇ ਸਾਡਾ 15-16 ਹਜ਼ਾਰ ਕਰੋੜ ਰੁਪਿਆ ਜਿਹੜਾ ਪਹਿਲੇ 5 ਸਾਲ ਦਿੰਦੇ ਰਹੇ ਉਹ ਲਗਾਤਾਰ ਸਾਨੂੰ ਦੋ ਉਹਨਾਂ ਨੇ ਰੇਟ ਵਧਾਤੇ ਆ ਦੁੱਧ ਤੇ ਲੂਣ ਤੇ ਮਿਰਚਾਂ ਤੇ ਸਾਰਿਆਂ ਤੇ ਰੇਟ ਵਧਾਤੇ ਆਪਣੇ GST ਦੇ ਉਹਦੇ ਮੌਜਾ ਕਰਦੇ ਕਿ ਸਾਡਾ 1.5 ਲੱਖ ਕਰੋੜ ਰੁਪਿਆ GST ਇਕੱਠਾ ਹੋ ਗਿਆ ਤੇ ਸਾਨੂੰ ਠੇਂਗਾ ਦਿਖਾਤਾ ਕਿ ਤੁਹਾਨੂੰ ਨਹੀਂ ਦੇਣਾ ਹੁਣ ਤੁਹਾਡਾ 5 ਸਾਲ ਦਾ ਵਾਅਦਾ ਪੂਰਾ ਜਾਓ ਜਾ ਕੇ ਮੌਜਾ ਕਰੋ ਭਾਈ ਟਕੜੇ ਹੋ ਜਾਓ ਇਹ 92 ਵਾਲੀ ਜਿਹੜੇ ਬੰਦੇ ਇੱਥੇ ਬੈਠੇ ਆ ਇਹ ਕੱਲਾ ਗੱਡੀਆਂ ਦੇ ਝੂਟੇ ਲੈਣ ਲਈ ਥੋੜੀ ਆ ਇਹਨਾਂ ਨੂੰ ਸਾਰਿਆਂ ਨੂੰ ਮੈਂ ਥੋੜੀ ਜੀ ਦੂਜੇ ਢੰਗ ਨਾਲ ਗੱਲ ਕਰਨ ਲੱਗਾ ਆ ਪੰਜਾਬੀ ਢੰਗ ਨਾਲ ਜੇ ਨਹੀਂ ਹਿੰਮਤ ਆਉਂਦੀ ਤੇ ਅੰਮਰ ਤਸ਼ਕਰਾ। ਚਾਓ ਉਥੇ ਆ ਗਏ ਆ ਸਿੰਘ ਸੂਰ ਮੇ ਤੇ ਸਿੰਘਣੀਆਂ ਆ ਗਈਆਂ। ਦੇਖੋ ਤਾਂ ਕਿਵੇਂ ਨਹੀਂ ਸਾਰੇ ਕੰਮ ਹੁੰਦੇ। ਜਦੋਂ ਉਹ ਹਿੰਮਤ ਸ਼ੇਰਾਂ ਵਾਲੀ ਪੈਦਾ ਕਰੋ ਆਪਣੇ ਚ ਬਿਲਕੁਲ ਕਰੋ। ਨੌਜਵਾਨ ਆ ਬਹੁਤੇ ਬੜੇ ਚੰਗੇ ਐਮਐਲਏ ਆ ਇਹਨਾਂ ਚ ਯੰਗ ਹੈਗੇ ਆ ਪਰ ਉਹਨਾਂ ਨੂੰ ਹੱਲਾਸ਼ੇਰੀ ਤੇ ਦੋ ਜੇ ਛੇਰ ਨੂੰ ਇਹੋ ਹੀ ਕਹੀ ਜਾਓਗੇ ਤੂੰ ਤੇ ਗਿੱਦੜਿਆ ਤੂੰ ਤੇ ਗਿੱਦੜਿਆ ਉਹਨੂੰ ਸੱਚੀ ਮੁੱਚੀ ਲੱਗੂ ਮੈਂ ਤੇ ਗਿੱਦੜੀ ਮੀ 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 ਬਿੱਲੀ ਨੂੰ ਕਰਦਾ ਫਿਰੂਗਾ ਤੇ ਉਹਨੂੰ ਤਕੜਾ ਕਰੋ ਕਹੋਗੇ ਤੁਸੀਂ ਤਕੜਿਆ ਅਸੀਂ ਮੋਦੀ ਤਾਂ ਅਸੀਂ ਮੋਦੀ ਤੋਂ ਪੈਸੇ ਲੈਣੇ ਲੈ ਕੇ ਮੇਰਾ ਮੋਦੀ ਜੀ ਪੈਸੇ ਦੇਣਗੇ ਉਹ ਇੱਥੇ ਆ ਕੇ ਤੁਹਾਡੇ ਨਾਲੇ ਥੈਲਾ ਲੈ ਕੇ ਆਉਣਗੇ ਤੇ ਨਾਲੇ ਕਹਿਣਗੇ ਚਲੋ ਜਿਦ ਤਰ੍ਹਾਂ ਕਿਸਾਨਾਂ ਨੂੰ ਕਿਹਾ ਸੀ ਗਲਤੀ ਹੋ ਗਈ ਲੇਟ ਹੋ ਗਿਆ ਨਾਲ ਪਿਆਜ਼ ਵੀ ਦੇ ਦਾਂਗਾ ਤੁਸੀਂ ਕੁਝ ਕਰੋ ਨਹੀਂ ਤੇ ਮੈਂ ਤੁਹਾਨੂੰ ਇਹ ਕਹਿਣਾ ਮੈਂ ਤੁਹਾਨੂੰ ਗਿਣ ਕੇ ਪੈਸੇ ਦੱਸਦੇ ਵੀ ਕਿਵੇਂ ਚੜਨ ਆਲੇ ਆ ਇਹਨਾਂ ਕੋ ਰਹਿਵੇ ਨੂੰ ਹੈ ਨਹੀਂ ਹਾਂ ਆ ਜਿਹੜੀ ਨਵੀਂ ਪਾਲਸੀ ਆਈ ਆ दारू ਵਾਲੀ ਉਹ ਅੱਗੇ ਹੀ ਤੁਹਾਨੂੰ ਪਤਾ ਹੀ ਉਹਦਾ ਕਿੰਨੇ ਸਿਆਪੇ ਖੜੇ ਹੋ ਗਏ ਆ ਉਹ ਤੇ ਚੱਲਣ ਤੋਂ ਪਹਿਲਾਂ ਇੰਥੋਂ ਸਖਰੀ ਫਿਰਦੇ ਆ ਮੋਦੀ ਜੀ ਇੱਥੇ ਕਾਫੀ ਕੁਝ ਔਰ ਕਿਸਾਨ ਲਾਲੋ ਹਣ ਉਹ ਤੇ ਖਰਚੇ ਵਾਲੀ ਗੱਲ ਹੈ ਹੀ ਹੈ ਕਿਸੇ ਦੀ ਫਸਲ ਮਾਰੀ ਗਈ ਕਿਤੇ ਪਾਣੀ ਆ ਗਿਆ ਕਿਤੇ ਕੋਈ ਚਿੱਟੀ ਮੱਖੀ ਆ ਗਈ ਕਿਤੇ ਗੁਲਾਬੀ ਸੁੰਡੀ ਆ ਗਈ ਕਿਤੇ ਬੀਜ ਮਾੜਾ ਮਿਲ ਗਿਆ ਹੁਣ ਧਨ ਥੱਲੇ ਹੀ ਰਹਿ ਗਿਆ ਪਾਉਣਾ ਹੀ ਹੋਈ ਜਾਂਦਾ ਗਾਂ ਵਧਣਾ ਹੀ ਬੰਦ ਹੋ ਗਿਆ ਪਤਾ ਨਹੀਂ ਰੱਬ ਦੀ ਕੀ ਮਾਰ ਪੈਂਦੀ ਆ ਕਿਤੇ ਉਹ ਕਿਤੇ ਉਹ ਗਾਇਆਂ ਕਿੰਨੀਆਂ ਮਾਰ ਗਈਆਂ ਲੱਖ ਸਵਾ ਲੱਖ ਉਹਨਾਂ ਨੂੰ ਤਾਂ ਤੁਸੀਂ ਉਹ ਤੇ ਇੱਕ ਇਹੋ ਜੀ ਚੀਜ਼ ਹੈ ਜਿੱਥੇ ਦੁਨੀਆ ਦੇ ਵਿੱਚ ਹੀ ਖਰਚਾ ਤੁਹਾਨੂੰ ਕਰਨਾ ਪੈਣਾ ਤੁਸੀਂ ਆ ਹੋਰੀ ਹੁਣ ਤੁਸੀਂ ਸੋਚਿਆ ਉਹ ਜਿਹੜੇ ਆਮ ਆਦਮੀ ਕਲੀਨਿਕ ਸੀ ਕਿੱਥੇ ਗਏ ਬੰਦ ਹੋ ਗਏ ਨਾ ਬੰਦ ਦਾ ਮੇਰਾ ਮਤਲਬ ਕਦੀ ਗੱਲ ਸੁਣੀ 50 ਹਜ਼ਾਰ ਏਕੜ ਜ਼ਮੀਨ ਪੰਚਾਇਤੀ ਇਕੱਠੀ ਕਰਨੀ ਸੀ ਉਹ ਨੂੰ ਗੱਲ ਸੁਣੀ ਕਦੀ ਉਹਦੀ ਕੋਰਟ ਨੇ ਕਹਿਤਾ ਉਹ 1200 ਏਕੜ ਜਿਹੜੀ ਆ ਉਹ ਤੁਸੀਂ ਖਬਰਦਾਰ ਸਟੇ ਦੇ ਦਿੱਤਾ ਜਿਹੜੀ ਆ ਚੱਡੀਗੜ ਦੇ ਲਾਗੇ 1200 ਏਕੜ ਬੜਾ ਹੈ ਧੂਮ ਧਮਾ ਬਲਡوزر ਲਿਆ ਕੇ ਫੋਟੋਆਂ ਚ ਖਿਚਾ ਕੇ ਆਗੇ 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 ਲੈ ਲੀ ਲੈ ਲੀ ਜ਼ਮੀਨ ਆ ਹੋ ਗਈ ਪਤੰਗ ਕੱਟਣ ਵਾਲੀ ਕੱਟ ਕੇ ਪਤੰਗ ਜਿਹੜੀ ਹਵਾ ਚ ਇਕੱਠੀ ਕਰਕੇ ਘਰ ਨੂੰ ਲਿਜਾਣ ਵਾਲੀ ਗੱਲ ਹੋ ਗਈ ਇਹ ਜ਼ਮੀਨ ਆ ਲੋਕ ਜਾਣੀ ਜ਼ਮੀਨ ਦੇ ਇੰਚਾਂ ਲਈ ਪੀੜੀਆਂ ਦਰ ਪੀੜੀਆਂ ਮਰ ਜਾਂਦੇ ਆ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਤੁਸੀਂ ਪੰਜਾਬ 'ਚ ਨਹੀਂ ਰਹਿੰਦੇ ਤੇ ਜੇ ਜ਼ਮੀਨ ਹਾਂ ਵੰਡਣੀ ਹੈ ਤੇ ਬੜੇ ਤੁਸੀਂ ਸਾਡੇ ਵਰਗੇ ਬੰਦਿਆਂ ਨੂੰ ਪੁੱਛ ਲਓ ਮੈਂ ਲੈਂਡ ਰਿਫਾਰਮ ਤੇ 올 ਇੰਡੀਆ ਦੇ ਉੱਤੇ ਕੰਮ ਕੀਤਾ ਮੈਨੂੰ ਸਾਰਾ ਪਤਾ ਹੈ ਕਿ ਜ਼ਮੀਨਾਂ ਕਿਹਨੇ ਦੱਬੀਆਂ ਤੇ ਕਿਹਨੇ ਲਈਆਂ ਤੇ ਕਿਵੇਂ ਰੋਕੀਆਂ ਸਾਡੇ ਕੋਲ ਸਲਾਹ ਲੈ ਲਓ ਹੀ ਦੱਸਦੇ ਨੇ ਜ਼ਮੀਨਾਂ ਕਿਵੇਂ ਕਢਾਈਆਂ ਜਾਂਦੀਆਂ ਪਰ ਚਲੋ ਉਹਨਾਂ 'ਚ ਬੜੇ ਸਿਆਣੇ ਬੰਦੇ ਹੈਗੇ ਆ ਕੱਲੀ ਸਿਆਣਪ ਤੇ ਇਮਾਨਦਾਰੀ ਨਾਲ ਨਹੀਂ ਕੰਮ ਚੱਲਣਾ ਉਸੀ ਥੋੜਾ ਜਿਹਾ ਸਿਸਟਮੈਟਿਕਲੀ ਚੱਲੋ ਹੁਣ ਉਹ ਪੰਚਾਇਤਾਂ ਦਾ ਬੰਦ ਹੋ ਜਾਊਗਾ ਉਹ ਉਹ ਨਹੀਂ ਹੁਣ ਚੱਲਣਾ ਹੁਣ ਰਹਿ ਗਿਆ ਕਿੰਨਾ ਕੋ ਏਜੰਡਾ ਇਮਾਨਦਾਰੀ ਦਾ ਆਸ਼ੂ ਵੀ ਬਾਹਰ ਆ ਜਾਊਗਾ ਫਿਰ ਉਹ ਵੀ ਠੋਸ ਹੋ ਜਾਊਗਾ ਫਿਰ ਗਾਂ ਕੀ ਕਰਨਾ ਫਿਰ ਕੰਮ ਹੀ ਕੋਈ ਨਹੀਂ ਕਿਉਂਕਿ ਕੰਮ ਗਾਂ ਜਿਹੜੇ ਬਾਕੀ ਚੱਲਣ ਵਾਲੇ ਸਿਕਵਿੰਦਰ ਉਹ ਤੇ ਪੈਸੇ ਨਾ ਚੱਲਣ ਵਾਲੇ ਤੇ ਜੇ ਪੱਲੇ ਨਹੀਂ ਤੇਲਾ ਤੇ ਕਰਦਾ ਫਿਰਦਾ ਮੇਲਾ ਮੇਲਾ ਫਿਰ ਤੇ ਮੇਲਾ ਵੇਖੀ ਚੱਲੋ ਬਿਨਾ ਪੈਸੇ ਤੋਂ ਉਹ ਗੱਲ ਤੁਹਾਡੀ ਸਹੀ ਹੈ ਪ੍ਰੋਫੈਸਰ ਸਾਹਿਬ ਕੇ 92 ਐਮ ਐਲ ਏ ਦਿੱਤੇ ਨੇ ਜੇ ਅਸੀਂ ਰੋਜ਼ ਇਹਨਾਂ ਦੇ ਤਰਲੇ ਪਾਉਨੇ ਆ ਦਵਾਈਆਂ ਦਿੰਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਰੀਜ ਲਾਓ ਪੰਜਾਬ ਦੇ ਵਿੱਚ ਬਹਿ ਜਾਓ ਨਾਕੇ ਲਾ ਕੇ ਜੇ ਤੁਹਾਨੂੰ ਲੱਗਦਾ ਹੈ ਕਿ ਅਫਸਰਸ਼ਾਹੀ ਕੰਮ ਨਹੀਂ ਕਰਦੀ ਪੁਲਿਸ ਨਾ ਕੂਕਦੀ ਨਹੀਂ ਬਹਿ ਜਾਓ ਉੱਥੇ ਨਾਕੇ ਲਾ ਕੇ ਆਪਣੇ ਵਰਕਰ ਲਾ ਦਿਓ ਕੋਈ ਪੰਜਾਬ ਬਾਕੀ ਰੰਗਲਾ ਪੰਜਾਬ ਨਜ਼ਰ ਤਾਂ ਆਵੇ ਹੁਣ 6ਵਾਂ ਮਹੀਨਾ ਬੀਤਣ ਵਾਲਾ ਹੋ ਗਿਆ ਤੇ ਫਿਰ ਕਦੋਂ ਤੱਕ ਲੋਕ ਸਬਰ ਕਰਨਗੇ ਲੋਕ ਤੇ ਅੱਗੇ ਮਾਰੇ ਮਾਰੇ ਫਿਰਦੇ ਨਹੀਂ ਤੇ ਜਵਾਕਾਂ ਨੂੰ ਘੱਲੀ ਆਉਂਦੇ ਨੇ ਬਾਹਰ ਮੈਂ ਪ੍ਰੋਫੈਸਰ ਸਾਹਿਬ ਸਵਾਲ ਹੁਣੇ ਆਖਰੀ ਕਰਨਾ ਕਿ ਉਦਯੋਗਿਕ ਇਨਕਲਾਬ ਤੋਂ ਬਿਨਾਂ ਪੰਜਾਬ ਦੇ ਵਿੱਚ ਫੈਲੀ ਬੇਰੋਜ਼ਗਾਰੀ ਦਾ ਹੱਲ ਨਹੀਂ ਨਿਕਲ ਸਕਦਾ ਉਦਯੋਗਿਕ ਇਕਾਈ ਦੀ ਜਦੋਂ ਗੱਲ ਆਉਂਦੀ ਹੈ ਫਿਰ ਗੱਲ ਇਹ ਹੁੰਦੀ ਆ ਕਿ 1000 ਏਕੜ ਫਤਿਗੜ ਸਾਹਿਬ ਦੇ ਲਾਗੇ ਇਹਨਾਂ ਨੇ ਟੈਕਸਟਾਈਲ ਪਾਰਕ ਨੂੰ ਦੇ ਦੇਣੀ ਆ ਪਤਾ ਨਹੀਂ ਉਹਦਾ ਹੱਲ ਕਿੱਦਾਂ ਕੱਢਣਾ ਹੈ ਕਿ ਉਹ ਜਿਹੜਾ ਪਾਣੀ ਗੰਧਲਾ ਕਰਨ ਦਾ ਸਵਾਲ ਹੁੰਦਾ ਜਾਂ ਵਾਤਾਵਰਨ ਪ੍ਰਦੂਸ਼ਿਤ ਕਰਨ ਦਾ ਸਵਾਲ ਹੁੰਦਾ ਇਹ ਜ਼ਮੀਨ ਕਿਸ ਤਰ੍ਹਾਂ ਲੈ ਕੇ ਆਉਣੀ ਹੈ ਕਿਸ ਤਰ੍ਹਾਂ ਇਹਦੇ ਨਾਲ ਰੋਜ਼ਗਾਰ ਪੈਦਾ ਹੋਣਾ ਹੈ ਜਦੋਂ ਗੱਲ ਆਉਂਦੀ ਹੈ ਕਿ ਕਾਰਪੋਰੇਟ ਦੀ ਗੱਲ ਹੁੰਦੀ ਹੈ ਫਿਰ ਵੀ ਬਹੁਤ ਸਵਾਲ ਖੜੇ ਹੁੰਦੇ ਤੁਸੀਂ ਕਹਿੰਦੇ ਟਾਟਾ ਆ ਗਈ ਹੋਰ ਵੀ ਬੜੀਆਂ ਆ ਜਾਣਗੀਆਂ ਬੈਠੇ ਨੇ ਸਾਰੇ ਕੋਡੀਆਂ ਦੇ ਭਾਅ ਪੰਜਾਬ ਦੀ ਜ਼ਮੀਨ ਲੈਣ ਨੂੰ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਉਨੇ ਏ ਟੈਕਸਟਾਈਲ ਕਿਹੋ ਜੀ ਆਉਣੀ ਮੈਨੂੰ ਇਹਦਾ ਤੇ ਪਤਾ ਨਹੀਂ ਕਿਉਂਕਿ ਸੈਂਟਰ ਦੀ ਸਕੀਮ ਹੈਗੀ ਜਿਹੜੀ ਮੱਤੇਵਾੜੇ ਚ ਆਉਣੀ ਸੀ ਹੁਣ ਕਹਿੰਦੇ ਫਤਿਹਗੜ ਸਾਹਿਬ ਚ 1000 ਏਕੜ ਦੀ ਮਨਜ਼ੂਰੀ ਹੋ ਗਈ ਚੀਫ ਮਿਨਿਸਟਰ ਨੇ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੈ ਦਿੱਲੀ ਨੂੰ ਪਿਊਸ਼ ਗੋਇਲ ਨੂੰ ਕਿ ਪਈ ਜਮੀਨ ਮਿਲ ਗਈ ਹੈ ਲੋਕਾਂ ਵੱਲੋਂ ਵਾਅਦਾ ਹੋ ਗਿਆ ਉਹ ਕਿਤੇ ਮੈਡੀਕਲ ਕਾਲਜ ਵਰਗੀ ਨਾ ਹੋਵੇ ਮਗਰੇ ਹੀ ਲੋਕਾਂ ਨੇ ਕਾਨਾ ਖੜਾ ਕਰਤਾ ਟਿੰਡ ਟਿੰਡ ਚ ਕਾਨਾ ਪਾਤਾ ਪਹਿਲਾ ਪੱਕੇ ਕਾਗਜ਼ ਦੇਖ ਲਿਓ ਜ਼ਮੀਨ ਲੈ ਲਿਓ ਫਿਰ ਪਿਓ ਇਸ ਗੋਲ ਨੂੰ ਚਿੱਠੀ ਲਿਖਣੀ ਸੀ ਚਲੋ ਚੰਗੀ ਗੱਲ ਐ ਇੱਕ ਸ਼ੁਰੂਆਤੀ ਚਿੱਠੀ ਤੇ ਲੇਖੀ ਦਿੱਤੀ ਵੀ ਆਜੋ 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 ਲਾਓ ਪੈਸਾ ਇੱਕ ਬਿਲੀ ਗੱਲ ਜਿੰਨੀ ਟੈਕਸਟਾਈਲ ਆ ਉਹਦੀ ਨੇਚਰਲ ਪਲੇਸ ਹੈਗੀ ਆ ਤਾਮਿਲਨਾਡੂ ਕੋਲਕਾਟਾ ਤੇ ਮੁੰਬਈ ਪੁੱਛੋ ਕਿਉਂ ਉਹ ਇਸ ਲਈ ਕਿਉਂਕਿ ਉਥੇ ਹਵਾ 'ਚ ਲਗਾਤਾਰ ਨਮੀ ਜ਼ਿਆਦਾ ਹੁੰਦੀ ਆ ਤੇ ਟੈਕਸਟਾਈਲ ਦੇ ਧਾਗੇ ਲਈ ਨਮੀ ਬਹੁਤ ਚਾਹੀਦੀ ਆ ਇਹ ਉਥੇ ਉਪ ਉਹ ਫਿਰ ਟਰਾਂਸਪੋਰਟੇਸ਼ਨ ਲਈ ਵੀ ਫਿਰ ਸਮੁੰਦਰ ਲਾਗੇ ਹੋਣ ਕਰਕੇ ਉਹ ਵੀ ਸਾਫ ਸਫਈਆ ਸਾਰਾ ਕੁਝ ਉਸ ਤਰੀਕੇ ਨਾਲ ਚੱਲਦਾ ਇਹ ਉਹ ਉਹ ਵਾਈਤੀ ਤੌਰ ਤੇ ਇਤਿਹਾਸਿਕ ਤੌਰ ਤੇ ਤਿੰਨੇ ਵੱਡੇ ਟੈਕਸਟਾਈਲ ਦੇ ਸੈਂਟਰ ਵੀ ਹੈਗੇ ਆ ਖਾਸ ਕਰਕੇ ਜੂਟ ਇੰਡਸਟਰੀ ਤੇ ਉਥੇ ਕਲਕੱਤੇ ਦੀ ਬੜੀ ਹੱਬ ਰਹੀ ਆ ਹੁਣ ਰਹੀ ਪੰਜਾਬ ਦੇ ਵਿੱਚ ਟੈਕਸਟਾਈਲ ਪਹਿਲੀ ਟੈਕਸਟਾਈਲ ਦਾ ਕੀ ਬਣਿਆ ਸਾਡਾ ਉਹਨੇ ਹੀ ਤੇ ਗੁੱਡੇ ਨਾਲੇ ਦਾ ਸਤਿਆਨਾਸ਼ ਕੀਤਾ ਘੇਰੇ ਚੱਲੇ ਸੀ ਹੁਣ ਸਤਲੁਜ ਦਾ ਸਾਫ ਕਰਨਾ ਉੱਥੋਂ ਅਸੀਂ ਭਜਾਏ ਸਾਰਿਆਂ ਨੇ ਤੁਸੀਂ ਵੀ ਅਸੀਂ ਵੀ ਰੜ ਕੇ ਹੁਣ ਆ ਗਏ ਫਤੇਗੜ ਸਾਹਿਬ ਚ ਪਵਿੱਤਰ ਧਰਤੀ ਤੇ ਕਿੰਨਨਵੇਂ ਪੁੱਛੋ ਵੀ ਉੱਥੇ ਪੋਲਿਊਸ਼ਨ ਦਾ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਜੇ ਟੈਕਸਟਾਈਲ ਆਉਗੀ ਤੇ ਉੱਥੇ ਰੰਗਾਈ ਦੀ ਇੰਡਸਟਰੀ ਵੀ ਆਉਗੀ ਸਨਤ ਆਉਗੀ ਤੇ ਰੰਗਾਈ ਦੇ ਪਾਣੀ ਨੇ ਤੇ ਸਾਰਾ ਸਤਿਆਨਾਥ ਲੁਧਿਆਣੇ ਦਾ ਕੀਤਾ ਫਿਰ ਹੁਣ ਫਤੇਗੜ ਸਾਹਿਬ ਦਾ ਵੀ ਕਰਨਾ ਉਹਦਾ ਕੀ ਇੰਤਜ਼ਾਮ ਹੈ ਤੁਹਾਡੇ ਕੋਲ ਪਹਿਲੀ ਗੱਲ ਦੂਜਾ ਤੁਸੀਂ ਇੰਡਸਟਰੀ ਲਾਉਣੀ ਕਾਦੇ ਲਈ ਰੋਜ਼ਗਾਰ ਲਈ ਪੰਜਾਬ ਨੂੰ ਪੈਸੇ ਲਈ ਤੁਸੀਂ ਇਹ ਕੈਲਕੂਲੇਟ ਕਰ ਲਿਆ ਤੁਸੀਂ ਇਹ ਪਤਾ ਲਾ ਲਿਆ ਕਿ ਕਿੰਨਾ ਰੋਜ਼ਗਾਰ ਉਹਦੇ ਨਾਲ ਆਊਗਾ ਸਾਨੂੰ ਜੇ ਉਹ ਰੋਜ਼ਗਾਰ ਮਿਲੂਗਾ ਤੇ ਕਿਹਨੂੰ ਮਿਲੂਗਾ ਹੂੰ ਲੁਧਿਆਣੇ ਦੀ ਟੈਕਸਟਾਈਲ ਦੇ ਪਹਿਲਾਂ ਰੋਜ਼ਗਾਰ ਕਿਹਨੂੰ ਮਿਲਿਆ ਹੋਇਆ ਕੋਈ ਸਰਵੇ ਤੇ ਕਰ ਲਓ ਕਿੰਨੇ ਪੰਜਾਬੀ ਆ ਕਿੰਨੇ ਯੂਪੀ ਦੇ ਆ ਕਿੰਨੇ ਬਿਹਾਰ ਦੇ ਆ ਕਿੰਨੇ ਮੱਧ ਪ੍ਰਦੇਸ਼ ਦੇ ਆ ਕਿੰਨੇ ਹਿਮਾਚਲ ਦੇ ਕੋਈ ਸਰਵੇ ਕਰਕੇ ਦੇਖ ਲਓ ਉਹ ਜੀ ਇੰਡਸਟਰੀ ਇੱਥੇ ਲੱਗਣੀ ਆ ਜੇ ਤੁਸੀਂ ਕਹੋਗੇ ਕਿ ਐਸੀ ਜਿਤਨਾ 75% ਪੰਜਾਬੀਆਂ ਲਈ ਰਾਖਵਾ ਕਰਨ ਪ੍ਰਾਈਵੇਟ ਇੰਡਸਟਰੀ ਚਾ ਉਹ ਤੇ ਹਰਿਆਣੇ ਵਾਲਿਆਂ ਨੂੰ ਤੇ ਸਾਫ ਕੋਟ ਨੇ ਜਵਾਬ ਦਿੱਤਾ ਵੀ ਇਹ ਨਹੀਂ ਕਰ ਸਕਦੇ ਦੇਸ਼ ਇੱਕ ਹੈ ਤੁਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਫਿਰ ਇਸ ਲਈ ਤੁਸੀਂ ਜਿਹੜੀ ਨੀਤੀ ਬਣਾ ਰਹੇ ਆਂ ਇੰਡਸਟਰੀ ਆਉਣ ਨਾਲ ਪੰਜਾਬ ਖਿਚਾ ਲਊ ਇੰਡਸਟਰੀ ਆਉਣ ਨਾਲ ਇੰਡਸਟਰੀਅਲਿਸਟ ਤੇ ਖਿਚਾ ਲ ਹੋ ਸਕਦੇ ਆ ਪੰਜਾਬ ਕਿਵੇਂ ਖਿਚਾ ਲੂ ਮੈਨੂੰ ਇਹ ਦੱਸੋ ਪੰਜਾਬ ਤੇ ਬਿਮਾਰ ਵੀ ਹੋ ਸਕਦਾ ਉਹ ਤਾਂ ਪਹਿਲਾਂ ਹੀ ਆਕਸੀਜਨ ਤੋਂ ਬਗੈਰ ਆਈਸੀਯੂ ਚ ਪਿਆ ਹੋਇਆ ਹੈ ਇਹੀ ਗੱਲਾਂ ਇਨ੍ਹਾਂ ਨੇ ਮੇਰੇ ਅੱਖਾਂ ਡਿੱਠੀਆਂ ਗੱਲਾਂ ਆ ਮੈਂ ਸਨ 70 ਜਬ ਐਗਰੀਕਲਚਰ ਯੂਨੀਵਰਸਿਟੀ ਚ ਬੀਐਸਸੀ ਚ ਦਾਖਲਾ ਲਿਆ ਸੀ ਮਹਿੰਦਰ ਸਿੰਘ ਰੰਧਾਵਾ ਸਾਡੇ ਵੀਸੀ ਹੁੰਦੇ ਸੀ ਉਦੋਂ ਉਦੋਂ ਕਿੰਨੇ ਮੇਲੇ ਲਾ ਲਾ ਕੇ ਸਾਡੇ ਵੀਰਾਂ ਨੇ ਉਥੋਂ ਦੇ ਐਗਰੀਕਲਚਰ ਦੇ ਸਾਇੰਟਿਸਟ ਨੇ ਯੂਰੀਆ ਪਾ ਦਿਓ ਆਦਵਾਈ ਪਾਓ ਕੀਟਨਾਸ਼ਕ ਦੀ ਦਵਾਈ ਆ ਮੈਣਾ ਇਹਦੇ ਨਾਲ ਮਰੂਗਾ ਤੇ ਪਤੰਗੇ ਇਹਦੇ ਨਾਲ ਮਰਨਗੇ ਤੇ ਫਲਾਨਾ ਹਰਬੀ ਸਾਈਡ ਤੇ ਵੀਡੀ ਸਾਈਡ ਤੇ ਇਨਸੈਕਟੀਸਾਈਡ ਸਾਰੇ ਮੇਲੇ ਲਾ ਲਾ ਕੇ ਉਹ ਦਵਾਈਆਂ ਵਾਲਿਆਂ ਨੇ ਆਉਣਾ ਆ ਕੇ ਖੁਸ਼ ਹੋਣਾ ਨਾਲੇ ਵਰਕੇ ਵੰਡ ਕੇ ਜਾਣੇ ਆਪਣੇ ਮਸ਼ਾਹੂਰੀ ਵਾਲੇ ਨਾਲੇ ਦਵਾਈਆਂ ਦੇ ਛੜਕਾ ਕਰਕੇ ਇਹਨਾਂ ਨੇ ਦਿਖਾਉਣਾ ਕਿ ਆਹ ਦੇਖੋ ਛੜਕਾ ਕੀਤਾ ਕਿੰਨਾ ਝਾੜ ਨਿਕਲੇ ਤੇ ਨਿਕਲਿਆ ਕੀ ਪੰਜਾਬ ਦੀ ਕਰਜ਼ੇ ਦੀ ਪੰਡ ਪਾਣੀ ਧਰਤੀ ਤਬਾਹ ਸਾਰਿਆਂ ਚ ਜ਼ਹਿਰਾਂ ਤੇ ਕੈਂਸਰ ਤੇ ਸਾਡੇ ਬੱਚੇ ਭੱਜ ਗਏ ਨਾਲ ਨਿਕਲਿਆ ਨਸ਼ਾ ਤੇ ਸਾਡੇ ਬੱਚੇ ਭੱਜ ਗਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੁਣ ਮੈਂ ਇਹ ਕਹਿਣਾ ਕਿ ਤੁਸੀਂ ਸੋਚਿਆ ਕਰੋ ਪਹਿਲਾਂ ਕਿ ਇਹ ਜੇ ਕੋਈ ਤੁਹਾਨੂੰ ਪੈਕੇਜ ਮਿਲ ਰਿਹਾ ਕੋਈ ਇਥੇ ਕਿ ਤੁਹਾਨੂੰ ਇੱਕ ਹੋਰ ਆਪਾਹਜ ਬਣਾਉਣ ਲਈ ਤੇ ਨਹੀਂ ਮਿਲ ਰਿਹਾ ਕਿ ਜਾਂ ਤੁਹਾਨੂੰ ਤੁਹਾਡੇ ਵਿਕਾਸ ਲਈ ਕੋਈ ਕਿਸੇ ਦਾ ਬਹੁਤ ਸੋਹਣਾ ਬਿਹਤਰ ਮਾਡਲ ਆ ਗਿਆ ਮੈਂ ਵਿਰੋਧ ਤਾਂ ਬਿਲਕੁਲ ਨਹੀਂ ਕਰਦਾ ਪਰ ਉਹ ਕੰਮ ਕਰੋ ਜਿਹਦੇ ਨਾਲ ਤੁਹਾਡਾ ਵਿਕ ਉਜਲਾ ਹੋਏ ਜਿਹਦੇ ਚ ਚਾਰ ਪੈਸੇ ਸੂਬੇ ਨੂੰ ਵੀ ਮਿਲਣ ਜਿਹਦੇ ਵਿੱਚ ਸੱਚੀ ਮੁੱਚੀ ਰੁਜ਼ਗਾਰ ਤੁਹਾਡੇ ਪੰਜਾਬੀਆਂ ਨੂੰ ਮਿਲੇ ਕਿਉਂਕਿ ਉਹ ਬਾਹਰ ਨਾ ਭੱਜਣ ਇੱਥੇ ਰਹਿਣ ਕੋਈ ਇੰਡਸਟਰੀ ਦਾ ਤੇ ਜਿਹੜੀ ਤੁਹਾਡੇ ਇੰਸਟੀਚੂਨ ਆ ਆਈਆਈਟੀ ਆ ਟੈਕਨੀਕਲ ਇੰਸਟੀਚੂਨ ਆ ਪੋਲੀਟੈਕਨਿਕ ਆ ਉਹਨਾਂ ਦਾ ਕੋਈ ਕਲੈਬੋਰੇਸ਼ਨ ਦੀ ਪਹਿਲਾਂ ਗੱਲ ਹੋਵੇ ਉਹ ਉੱਥੋਂ ਉਹਨਾਂ ਨੂੰ ਬੱਚੇ ਸਿੱਧੇ ਉੱਥੇ ਪਰਤੀ ਕਰਨ ਕੋਈ ਗੱਲ ਕਰੋ ਕੋਈ ਮਾਡਲ ਪੇਸ਼ ਕਰੋ ਆਜੋ 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 ਹੋ ਗਿਆ ਹੋ ਗਿਆ ਹੋ ਗਿਆ ਡਰਾਮੇ ਘੱਟ ਕਰੋ ਤੇ ਜਿਹੜੀ ਹਵਾ ਬਾਜੀ ਆ ਨਾ ਉਹ ਤੇ ਪੰਪ ਨੂੰ ਕਿਤੇ ਬੰਦ ਕਰ ਦਿਓ ਬਸ ਇੰਨੀ ਹਵਾ ਭਰਦੇ ਆ ਵੇਖਦੇ ਨਹੀਂ ਕਿ ਕਿਸੇ ਵੇਲੇ ਕਿਹੜਾ ਠਾ ਹੋ ਜਾਊਗਾ ਇਹ ਕਿਸੇ ਦਿਨ ਠਾ ਹੋ ਜਾਣਾ ਇੰਨੀ ਹਵਾ ਭਰੀ ਜਾ ਚੁੱਕੀ ਆ ਲੋਕਾਂ ਨੂੰ ਦਿਖ ਗਿਆ ਕਿ ਗੁਬਾਰਾ ਬਹੁਤ ਫੁੱਲ ਗਿਆ ਬੱਸ ਕਰੋ ਇਸ਼ਤਿਹਾਰ ਬਾਜੀ ਕੰਮ ਕਰਕੇ ਦਿਖਾਓ ਤੁਹਾਡਾ ਕੰਮ ਹੀ ਤੁਹਾਡਾ ਇਸ਼ਤਿਹਾਰ ਹੈ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਵਿੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਗਏ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫੋਲੋ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ